ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਹਾਂ ਸੁਮਨਪ੍ਰੀਤ ਕੌਰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਭਾਰਤੀ ਸੰਵਿਧਾਨ ਦੇ ਭਾਗ 6 ਬਾਰੇ ਪੜ੍ਹਾਂਗੇ ਜਿਸ ਦੇ ਵਿੱਚ ਅਸੀਂ ਰਾਜ ਸਰਕਾਰ ਦੀ ਗੱਲ ਕਰਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਭਾਰਤੀ ਸੰਵਿਧਾਨ ਦੇ ਭਾਗ 5 ਤੱਕ ਅਸੀਂ ਕਵਰ ਕਰ ਚੁੱਕੇ ਹਾਂ ਭਾਗ 5 ਦੇ ਵਿੱਚ ਅਸੀਂ ਕੇਂਦਰ ਸਰਕਾਰ ਦੀ ਗੱਲ ਕੀਤੀ ਸੀ ਜਾਨੀ ਕਿ ਸੈਂਟਰ ਗਵਰਨਮੈਂਟ ਆਫ ਇੰਡੀਆ ਦੀ ਗੱਲ ਕੀਤੀ ਸੀ ਤੇ ਅੱਜ ਦੇ ਪਾਰਟ ਵਿੱਚ ਅਸੀਂ ਸਟੇਟ ਗਵਰਨਮੈਂਟ ਆਫ ਇੰਡੀਆ ਦੀ ਗੱਲ ਕਰਾਂਗੇ ਠੀਕ ਹੈ ਪੰਜਾਬ ਦੇ ਕਿੰਨੇ ਰਾਜ ਆ ਉਹਨਾਂ ਰਾਜਾਂ ਦੀ ਸਰਕਾਰ ਬਾਰੇ ਗੱਲ ਕਰਾਂਗੇ ਕਿ ਉਹਨਾਂ ਦੇ ਵਿੱਚ ਕੀ ਕੀ ਸ਼ਡਿਊਲ ਬਣਾਏ ਗਏ ਨੇ ਠੀਕ ਹੈ ਤੇ ਇਹ ਭਾਗ 6 ਦੇ ਵਿੱਚ ਆਰਟੀਕਲ 155 ਤੋਂ ਲੈ ਕੇ 237 ਤੱਕ ਸਾਨੂੰ ਰਾਜ ਸਰਕਾਰ ਬਾਰੇ ਜਾਣਕਾਰੀ ਮਿਲਦੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਹਰੇਕ ਸਰਕਾਰੀ ਨੌਕਰੀ ਦੇ ਪੇਪਰ ਵਿੱਚ ਭਾਰਤੀ ਸੰਵਿਧਾਨ ਬਹੁਤ ਡਿਟੇਲ ਦੇ ਵਿੱਚ ਪੁੱਛਿਆ ਜਾਂਦਾ ਤਾਂ ਪ੍ਰੀਵੀਅਸ ਪੋਜੀਸ਼ਨ ਪੇਪਰ ਨੂੰ ਦੇਖਦੇ ਹੋਏ ਮੈਂ ਤੁਹਾਡੇ ਲਈ ਭਾਰਤੀ ਸੰਵਿਧਾਨ ਦੀਆਂ ਕਲਾਸਿਸ ਡਿਟੇਲ ਦੇ ਵਿੱਚ ਸਟਾਰਟ ਕੀਤੀਆਂ ਸੀ ਜਿਹੜੀਆਂ ਕਿ ਤੁਹਾਡੇ ਲਈ ਹਰੇਕ ਗਵਰਨਮੈਂਟ ਐਗਜ਼ਾਮ ਦੇ ਪੁਆਇੰਟ ਵੀਡੀਓ ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਹੋਣਗੀਆਂ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਆਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਂਜੀ ਭਾਗ 6 ਆਰਟੀਕਲ 152 ਤੋਂ ਸ਼ੁਰੂ ਹੁੰਦਾ ਤਾਂ ਆਰਟੀਕਲ 152 ਬਾਰੇ ਜਾਣ ਲੈਨੇ ਆ ਆਰਟੀਕਲ 152 ਦੇ ਵਿੱਚ ਰਾਜ ਦੀ ਭਾਸ਼ਾ ਦਿੱਤੀ ਗਈ ਆ ਹੁਣ ਤੁਸੀਂ ਸੋਚੋਗੇ ਮੈਂ ਰਾਜ ਦੀ ਭਾਸ਼ਾ ਤਾਂ ਆਰਟੀਕਲ 12 ਤੇ ਆਰਟੀਕਲ 36 ਦੇ ਵਿੱਚ ਵੀ ਕਰਵਾਈ ਆ ਹਾਂਜੀ ਆਰਟੀਕਲ 12 ਤੇ ਆਰਟੀਕਲ 36 ਦੇ ਵਿੱਚ ਰਾਜ ਦੀ ਪਰਿਭਾਸ਼ਾ ਆਪਾਂ ਕੀਤੀ ਜ਼ਰੂਰ ਆ ਪਰ ਉਹਦੇ ਵਿੱਚ ਮੈਂ ਤੁਹਾਨੂੰ ਇਹ ਕਰਵਾਇਆ ਕਿ ਜਿਹੜੀ ਰਾਜ ਜਿਹੜਾ ਰਾਜ ਆ ਉਹ ਉਹ ਸੰਸਥਾ ਹੁੰਦੀ ਆ ਜਿਹੜੀ ਉਹ ਆਪਣੇ ਰੂਲ ਆਪ ਬਣਾ ਸਕਦੀ ਆ ਲੋਕਾਂ ਨੂੰ ਕੁਝ ਨਾ ਕੁਝ ਫ੍ਰੀ ਪ੍ਰੋਵਾਈਡ ਕਰਾ ਸਕਦੀ ਆ ਠੀਕ ਹੈ ਉਹ ਸੰਸਥਾ ਨੂੰ ਅਸੀਂ ਰਾਜ ਹੀ ਬੋਲ ਦਿੰਨੇ ਆ ਉਹ ਖੇਤਰ ਨੂੰ ਰਾਜ ਬੋਲ ਦਿੰਨੇ ਆ ਜਿਵੇਂ ਬਿਜਲੀ ਵਿਭਾਗ ਹੋ ਗਿਆ 에어ਪੋਰਟ ਆਫ ਅਥਾਰਟੀ ਹੋ ਗਿਆ ਠੀਕ ਹੈ ਇਦਾਂ ਦੇ ਇਦਾਂ ਦੀਆਂ ਸੰਸਥਾ ਨੂੰ ਵੀ ਅਸੀਂ ਰਾਜ ਬੋਲ ਦਿੰਨੇ ਆ ਪਰ ਇਹ ਆਰਟੀਕਲ 152 ਇਹਦੇ ਵਿੱਚ ਸਿਰਫ ਤੇ ਸਿਰਫ ਰਾਜ ਦੀ ਪਰਿਭਾਸ਼ਾ ਦਿੱਤੀ ਗਈ ਆ ਜਿਦੇ ਵਿੱਚ ਪਹਿਲੀ ਹੀ ਲਾਈਨ ਲਿਖੀ ਗਈ ਆ ਕਿ ਰਾਜ ਦਾ ਮਤਲਬ ਉਹੀ ਹੋਵੇਗਾ ਜੋ ਸੰਵਿਧਾਨ ਦੀਨ ਸੂਚੀ ਵਨ ਵਿੱਚ ਦਿੱਤਾ ਹੋਇਆ ਅਨਸੂਚੀ ਵਨ ਦੇ ਵਿੱਚ ਦੇਖੋ ਤਿੰਨ ਪ੍ਰਕਾਰ ਦੀਆਂ ਤਿੰਨ ਸ੍ਰੇਣੀਆਂ ਦੀ ਗੱਲ ਹੋਈ ਆ ਕੇਂਦਰ ਸ਼ਾਸਿਤ ਪ੍ਰਦੇਸ਼ ਰਾਜ ਤੇ ਨਵੇਂ ਦੇਸ਼ ਦੇ ਸਮੂਹ ਜੋ ਸਾਡੇ ਦੇਸ਼ ਭਾਰਤ ਵਿੱਚ ਸ਼ਾਮਿਲ ਕੀਤੇ ਜਾ ਸਕਦੇ ਆ ਠੀਕ ਹੈ ਤੇ ਭਾਰਤ ਦੇ ਵਿੱਚ 28 ਰਾਜ ਆ ਉਹਨਾਂ 28 ਰਾਜਾਂ ਦੀ ਗੱਲ ਆਰਟੀਕਲ 155 ਦੇ ਵਿੱਚ ਕੀਤੀ ਗਈ ਆ ਕਿ ਰਾਜ ਦੀ ਪਰਿਭਾਸ਼ਾ ਕੀ ਇੱਥੇ ਉਹਨਾਂ ਰਾਜਾਂ ਦੀ ਗੱਲ ਹੋਊਗੀ ਜੋ ਭਾਰਤ ਦੇ 28 ਰਾਜ ਆ ਠੀਕ ਹੈ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਸਭ ਤੋਂ ਪਹਿਲਾਂ ਦੇਖੋ ਆਰਟੀਕਲ ਜਿਹੜਾ 152 ਰਾਜ ਦੀ ਪਰਿਭਾਸ਼ਾ ਦਿੰਦਾ ਵਾ ਤੇ ਰਾਜ ਦਾ ਮੁਖੀ ਕੌਣ ਹੁੰਦਾ ਰਾਜਪਾਲ ਤੇ ਇਹਦੇ ਨਾਲ ਰਿਲੇਟਿਡ ਆਰਟੀਕਲ 153 ਤੋਂ ਲੈ ਕੇ 162 ਤੱਕ ਕਿ ਆਰਟੀਕਲ 153 ਦੇ ਵਿੱਚ ਪੜਾਂਗੇ ਰਾਜਾਂ ਦਾ ਰਾਜਪਾਲ ਇਹਦੇ ਵਿੱਚ ਇਹ ਬੋਲਿਆ ਗਿਆ ਕਿ ਹਰੇਕ ਰਾਜ ਦਾ ਇੱਕ ਰਾਜਪਾਲ ਹੋਵੇਗਾ ਰਾਜਪਾਲ ਦਾ ਅਹੁਦਾ ਕਦੇ ਵੀ ਖਾਲੀ ਨਹੀਂ ਹੋਵੇਗਾ ਜੇਕਰ ਰਾਜਪਾਲ ਦੀ ਅਚਾਨਕ ਮੌਤ ਹੋ ਜਾਂਦੀ ਹੈ ਤਾਂ ਗਵਾਂਡੀ ਰਾਜ ਦਾ ਰਾਜਪਾਲ ਉਸ ਰਾਜ ਦਾ ਕਾਰਜਕਾਰੀ ਰਾਜਪਾਲ ਹੋਵੇਗਾ ਤੇ ਇੱਕ 7ਵਾਂ ਸੰਸ਼ੋਧਨ ਕੀਤਾ ਗਿਆ ਸੀ ਜਿਹੜਾ ਕਿ 1956 ਦੇ ਵਿੱਚ ਹੋਇਆ ਇਸ ਦੇ ਵਿੱਚ ਇਹ ਕਹਿ ਦਿੱਤਾ ਗਿਆ ਕਿ ਇੱਕ ਵਿਅਕਤੀ ਇੱਕ ਤੋਂ ਇੱਕ ਜਾਂ ਇੱਕ ਤੋਂ ਵੱਧ ਰਾਜਾਂ ਦਾ ਰਾਜਪਾਲ ਹੋ ਸਕਦਾ ਵਾ ਤੇ ਉਸ ਨੂੰ ਕੀਤਨਖਾਹ ਮਿਲੇਗੀ ਰਾਜਪਾਲ ਨੂੰ ਜੋ ਤਨਖਾਹ ਮਿਲਦੀ ਹੈ ਇਹ ਸੰਸਦ ਨਿਰਧਾਰਿਤ ਕਰਦੀ ਹੈ ਠੀਕ ਹੈ ਜਾਨੀ ਕਿ ਵਿਧਾਨ ਮੰਡਲ ਨਿਰਧਾਰਿਤ ਕਰਦਾ ਵਿਧਾਨ ਮੰਡਲ ਤੇ ਜੇਕਰ ਰਾਜਪਾਲ ਦੋ ਰਾਜਾਂ ਦਾ ਰਾਜਪਾਲ ਆ ਠੀਕ ਹੈ ਦੋ ਰਾਜਾਂ ਦਾ ਰਾਜਪਾਲ ਆ ਤਾਂ ਰਾਸ਼ਟਰਪਤੀ ਨਿਰਧਾਰਿਤ ਕਰੂਗਾ ਕਿ ਕਿਹੜਾ ਰਾਜ ਰਾਜ ਰਾਜਪਾਲ ਨੂੰ ਕਿੰਨੀ ਤਨਖਾਹ ਦਊਗਾ ਵਰਤਮਾਨ ਸਮੇਂ ਦੇਖੋ ਰਾਜਪਾਲ ਦੀ ਤਨਖਾਹ ਸਾਢੇ 3 ਲੱਖ ਚੱਲ ਰਹੀ ਆ ਠੀਕ ਹੈ ਸਾਢੇ 3 ਲੱਖ ਪ੍ਰਤੀ ਮਹੀਨਾ ਰਾਜਪਾਲ ਦੀ ਤਨਖਾਹ ਆ ਪਰ ਜੇਕਰ ਉਹ ਦੋ ਰਾਜਾਂ ਦਾ ਰਾਜਪਾਲ ਆ ਤਾਂ ਰਾਸ਼ਟਰਪਤੀ ਤੈਅ ਕਰੂਗਾ ਕਿ ਕਿਹੜਾ ਰਾਜ ਇਸ ਨੂੰ 2 2 ਲੱਖ ਦਊਗਾ ਕਿਹੜਾ 1.5 ਲੱਖ ਦਊਗਾ ਜਾਂ ਅੱਧੀ ਅੱਧੀ ਦਊਗੀ ਇਹ ਸਾਰਾ ਡਿਸੀਜਨ ਰਾਸ਼ਟਰਪਤੀ ਦਾ ਹੋਵੇਗਾ ਠੀਕ ਹੈ ਮਰਤਨ ਖਾ ਦਿੰਦਾ ਕੌਣ ਆ ਵਿਧਾਨ ਮੰਡਲ ਜਿਹੜੇ ਵੀ ਰਾਜ ਦਾਉ ਰਾਜ ਆ ਉਹ ਰਾਜਪਾਲ ਆ ਠੀਕ ਹੈ ਉਹੀ ਰਾਜ ਆ ਜਿਹੜੀਆਂ ਤਨਖਾਹ ਦਿੰਦਾ ਤੇ ਕਿੰਨੀ ਤਨਖਾਹ ਦੇਣੀ ਆ ਵਿਧਾਨ ਮੰਡਲ ਡਿਸਾਈਡ ਕਰਦਾ ਜਿਵੇਂ ਆਪਾਂ ਸੈਂਟਰ ਗਵਰਨਮੈਂਟ ਆਫ ਇੰਡੀਆ ਦੇ ਵਿੱਚ ਸੰਸਦ ਪੜਦੇ ਆ ਸੰਸਦ ਦੀ ਜਗਾ ਸਟੇਟ ਗਵਰਨਮੈਂਟ ਆਫ ਇੰਡੀਆ ਦੇ ਸਟੇਟ ਜਿਹੜੇ ਰਾਜ ਆ ਇਹਨਾਂ ਦੇ ਵਿੱਚ ਸਟੇਟ ਗਵਰਨਮੈਂਟ ਆਫ ਇੰਡੀਆ ਦੇ ਵਿੱਚ ਕਿਹਨੇ ਲਈ ਹੋਇਆ ਵਿਧਾਨ ਮੰਡਲ ਨੇ ਵਿਧਾਨ ਮੰਡਲ ਬਾਰੇ ਵੀ ਮੈਂ ਤੁਹਾਨੂੰ ਕਰਵਾਵਾਂਗੀ ਇੰਨਾ ਆਰਟੀਕਲ ਰਾਜਪਾਲ ਤੋਂ ਬਾਅਦ ਵਿਧਾਨ ਮੰਡਲ ਸ਼ੁਰੂ ਹੁੰਦਾ ਜਿਹਦੇ ਵਿੱਚ ਮੈਂ ਤੁਹਾਨੂੰ ਇਕੱਲਾ ਇਕੱਲਾ ਆਰਟੀਕਲ ਕਲੀਅਰ ਕਰ ਦੂੰਗੀ ਜੇਕਰ ਪਹਿਲਾਂ ਨਾਮ ਸੁਨੇ ਹੋਣਗੇ ਤਾਂ ਹੋਰ ਵੀ ਆਸਾਨੀ ਹੋਊਗੀ ਅੱਗੇ ਸਮਝਣ ਦੇ ਵਿੱਚ ਇਹ ਨਾ ਸੋਚਿਓ ਕਿ ਤੁਹਾਨੂੰ ਕਿਸੇ ਚੀਜ਼ ਬਾਰੇ ਨਹੀਂ ਪਤਾ ਤਾਂ ਸਮਝ ਨਹੀਂ ਆਉਂਦੀ ਪਰ ਜੇ ਤੁਸੀਂ ਹੁਣੇ ਨਾ ਸੁਣ ਰੱਖੇ ਆ ਤਾਂ ਅੱਗੇ ਸਮਝਣ ਦੇ ਵਿੱਚ ਆਸਾਨੀ ਹੋਊਗੀ ਕਿ ਜਿਹਦੀ ਗੱਲ ਮੈਂ ਕਰ ਰਹੀ ਸੀ ਉਹ ਇਹ ਚੀਜ਼ ਆ ਠੀਕ ਹੈ ਕਿਉਂਕਿ ਹੁਣ ਤਾਂ ਪਰ ਆਜਪਾਲ ਬਾਰੇ ਕਰ ਰਹੇ ਆ ਨਾ ਤਾਂ ਇਸ ਕਰਕੇ ਰਾਜਪਾਲ ਬਾਰੇ ਹੀ ਟੂ ਦਾ ਪੁਆਇੰਟ ਗੱਲ ਕਰਾਂਗੇ ਅੱਗੇ ਆਰਟੀਕਲ 154 ਦੇ ਵਿੱਚ ਸਾਨੂੰ ਰਾਜ ਦੀ ਕਾਰਜਪਾਲਿਕਾ ਦੀ ਸ਼ਕਤੀ ਦੱਸੀ ਆ ਮਤਲਬ ਰਾਜਪਾਲ ਆ ਜਿਹੜਾ ਉਹਦੇ ਕੋਲੇ ਰਾਜ ਦੀ ਕਾਰਜਪਾਲਿਕਾ ਸ਼ਕਤੀ ਹੁੰਦੀ ਆ ਤੇ ਕਾਰਜਪਾਲਿਕਾ ਸ਼ਕਤੀ ਦੇ ਵਿੱਚ ਕੀ ਕੀ ਆ ਜਾਂਦਾ ਵਾ ਤਾਂ ਕਾਰਜਪਾਲਿਕਾ ਸ਼ਕਤੀ ਦੀ ਜੇਕਰ ਅਸੀਂ ਗੱਲ ਕਰੀਏ ਕਾਰਜਪਾਲਿਕਾ ਸ਼ਕਤੀ ਦਾ ਕੀ ਮਤਲਬ ਹੈ ਇੱਥੇ ਦੇਖੋ ਜਿਹੜਾ ਰਾਜ ਆ ਰਾਜਪਾਲ ਆ ਇਹ ਰਾਜ ਦਾ ਨਾ ਮਾਤਰੀ ਮੁਖੀ ਹੁੰਦਾ ਸਾਰੇ ਕੰਮ ਪ੍ਰਧਾਨ ਮੰਤਰੀ ਹੋਰ ਮੁੱਖ ਮੰਤਰੀ ਕਰਦਾ ਵਾ ਠੀਕ ਹੈ ਕੰਮ ਤਾਂ ਸਾਰੇ ਅਨ ਵਾਸਤਵਿਕ ਮੁਖੀ ਹੈ ਜਿਹੜਾ ਉਹ ਮੁੱਖ ਮੰਤਰੀ ਹੁੰਦਾ ਵਾ ਰਾਜਪਾਲ ਤਾਂ ਨਾਮ ਦਾ ਹੀ ਮੁਖੀ ਹੁੰਦਾ ਵਾ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਇਹਦੀਆਂ ਸ਼ਕਤੀਆਂ ਦੇ ਬਾਰੇ ਪੜ੍ਹਦੇ ਹਾਂ ਰਾਜਪਾਲ ਦੀਆਂ ਸ਼ਕਤੀਆਂ ਦੇ ਬਾਰੇ ਰਾਜਪਾਲ ਦੀ ਸ਼ਕਤੀ ਦੇ ਬਾਰੇ ਇਹ ਦੱਸਿਆ ਕਿ ਰਾਜ ਦੀ ਜੋ ਵੀ ਕਾਰਜਕਾਰੀ ਸ਼ਕਤੀ ਆ ਮਤਲਬ ਰਾਜ ਦੇ ਵਿੱਚ ਜਿੰਨੇ ਵੀ ਕੰਮ ਹੋਣਗੇ ਉਹ ਰਾਜਪਾਲ ਦੇ ਸਾਈਨ ਤੇ ਹੀ ਹੋਣਗੇ ਮਤਲਬ ਕੰਮ ਤਾਂ ਸਾਰੇ ਮੁੱਖ ਮੰਤਰੀ ਨੇ ਕਰਨੇ ਆ ਬਸ ਇਹਨੇ ਤਾਂ ਇੱਕ ਸਾਈਨ ਕਰਨੇ ਹੁੰਦੇ ਆ ਚੈੱਕ ਕਰਕੇ ਠੀਕ ਹੈ ਬਸ ਇਹੀ ਇਹਦਾ ਕੰਮ ਆ ਮਤਲਬ ਕਾਰਜਕਾਰੀ ਕਾਰਜਕਾਰੀ ਮਤਲਬ ਜੋ ਵੀ ਕੰਮ ਹੁੰਦੇ ਆ ਉਹ ਸਾਰੀ ਸ਼ਕਤੀ ਰਾਜਪਾਲ ਦਿੱਤੀ ਵਸੇ ਨੂੰ ਤਾਂ ਸਾਈਨਸ ਹੀ ਕਰਨੀ ਹੁੰਦੀ ਹੈ ਇੱਕ ਕੰਮ ਸਾਰਾ ਮੁੱਖ ਮੰਤਰੀ ਕਰਦਾ ਵਾ ਠੀਕ ਹੈ ਵਿਧਾਨਿਕ ਸ਼ਕਤੀਆਂ ਬਹੁਤ ਇੰਪੋਰਟੈਂਟ ਆ ਹੁਣ ਆਪਾਂ ਸ਼ਕਤੀਆਂ ਦੀ ਗੱਲ ਕਰ ਰਹੇ ਸੀ ਤਾਂ ਜਿੰਨੀਆਂ ਵੀ ਸ਼ਕਤੀਆਂ ਨੂੰ ਮਿਲੀਆਂ ਹੋਈਆਂ ਮੈਂ ਇਹਦੇ ਚ ਹੀ ਦੱਸ ਰਹੀਆਂ ਤੁਹਾਨੂੰ ਠੀਕ ਹੈ ਵਿਧਾਨਿਕ ਸ਼ਕਤੀਆਂ ਮਾ ਜਿਹੜੀਆਂ ਇਹਨਾਂ ਦੇ ਵਿੱਚ ਇਹ ਦੱਸਿਆ ਗਿਆ ਵਾ ਇਹ ਆਰਟੀਕਲ ਵੈਸੇ ਤਾਂ ਆਰਟੀਕਲ ਆਪਾਂ 154 ਦੀ ਗੱਲ ਕਰ ਰਹੇ ਹਾਂ ਇਹ ਆਰਟੀਕਲ 155 ਦਾ ਪਾਰਟ ਬਣ ਜਾਂਦਾ ਵਾ ਜਿਹਦੇ ਵਿੱਚ ਇਹ ਦੱਸਿਆ ਹੋਇਆ ਵਾ ਕਿ ਜਿੰਨਾ ਰਾਜਾਂ ਵਿੱਚ ਵਿਧਾਨ ਪਰਿਸ਼ਦ ਦਾ ਦੇ ਕੋ ਵਿਧਾਨ ਮੰਡਲ ਦੀ ਗੱਲ ਕੀਤੀ ਸੀ ਮੈਂ ਵਿਧਾਨ ਮੰਡਲ ਜਿਵੇਂ ਆਪਾਂ ਸੰਸਦ ਬਾਰੇ ਪੜਿਆ ਸੀਗਾ ਸੈਂਟਰ ਗਵਰਨਮੈਂਟ ਦੇ ਵਿੱਚ ਕੀ ਆਉਂਦੀ ਹੈ ਸੰਸਦ ਆਉਂਦੀ ਆ ਇੱਕ ਸदन ਹੁੰਦਾ ਉਹਦਾ ਲੋਕ ਸਭਾ ਜਿਹਨੂੰ ਹੇਠਲਾ ਸਦਨ ਬੋਲਿਆ ਜਾਂਦਾ ਇੱਕ ਹੁੰਦਾ ਰਾਜ ਸਭਾ ਜਿਹਨੂੰ ਉੱਪਰਲਾ ਸਦਨ ਬੋਲਿਆ ਜਾਂਦਾ ਇਦਾਂ ਹੀ ਰਾਜਾਂ ਦੇ ਵਿੱਚ ਚੱਲਦੀ ਆ ਜੀ ਵਿਧਾਨ ਮੰਡਲ ਠੀਕ ਹੈ ਵਿਧਾਨ ਮੰਡਲ ਤੇ ਵਿਧਾਨ ਮੰਡਲ ਦੇ ਦੋ ਸਦਨ ਹੁੰਦੇ ਆ ਇੱਕ ਵਿਧਾਨ ਸਭਾ ਤੇ ਇੱਕ ਵਿਧਾਨ ਪ੍ਰੀਸ਼ਦ ਕਿ ਕਿ ਕਈ ਰਾਜਾਂ ਦੇ ਵਿੱਚ ਵਿਧਾਨ ਪ੍ਰੀਸ਼ਦ ਨੂੰ ਖਤਮ ਕਰ ਦਿੱਤਾ ਗਿਆ ਉਹ ਕਿਉਂ ਕੀਤਾ ਗਿਆ ਜਦੋਂ ਮੈਂ ਵਿਧਾਨ ਮੰਡਲ ਵਾਲਾ ਕਰਵਾਉਂਗੀ ਉਦੋਂ ਮੈਂ ਤੁਹਾਨੂੰ ਉੱਥੇ ਸਾਰਾ ਕਲੀਅਰ ਕਰੂੰਗੀ ਬਸ ਇੱਥੇ ਮੈਂ ਤੁਹਾਨੂੰ ਥੋੜਾ ਸਮਝਾਉਣਾ ਚਾਹੁੰਦੀ ਸੀ ਕਿ ਜਿੰਨਾ ਰਾਜਾਂ ਦੇ ਵਿੱਚ ਵਿਧਾਨ ਪ੍ਰੀਸ਼ਦ ਆ ਠੀਕ ਹੈ ਤੇ ਉਹਨਾਂ ਦਾ ਜਿੰਨੀਆਂ ਵੀ ਹੁੰਦੀਆਂ ਕੌਲ ਸੇਟਾਂ ਹੋਣਗੀਆਂ ਕੌਲ ਵਿਧਾਨ ਪ੍ਰੀਸ਼ਦ ਵਿੱਚ ਜਿੰਨੀਆਂ ਵੀ ਸੀਟਾਂ ਵਾਂ ਉਹਨਾਂ ਦਾ 1/6 ਰਾਜਪਾਲ ਨਾਮਜ਼ਦ ਕਰਦਾ 1/6 ਮੈਂਬਰ ਆ ਜਿਹੜੇ ਰਾਜਪਾਲ ਨਾਮਜ਼ਦ ਕਰਦਾ ਤੇ ਮੈਂਬਰ ਆ ਜਿਹੜੇ ਚਾਰ ਖੇਤਰਾਂ ਵਿੱਚ ਫੇਮਸ ਹੋਣੇ ਚਾਹੀਦੇ ਆ ਜਾਂ ਤਾਂ ਇਹ ਸਮਾਜ ਸੇਵ ਜਿਹੜੀ ਸਮਾਜ ਦੀ ਸੇਵਾ ਕਰਦੇ ਆ ਮਤਲਬ ਸੋਸ਼ਲ ਵਰਕਰ ਹੋਣ ਜਾਂ ਇਹ ਸਾਹਿਤ ਦੇ ਖੇਤਰ ਵਿੱਚ ਫੇਮਸ ਹੋਣ ਵਿਗਿਆਨ ਦੇ ਖੇਤਰ ਵਿੱਚ ਫੇਮਸ ਹੋਣ ਕਲਾ ਦੇ ਖੇਤਰ ਵਿੱਚ ਫੇਮਸ ਹੋਣ ਤੇ ਵਿਧਾਨ ਸਭਾ ਦੇ ਵਿੱਚ ਇੱਕ ਮੈਂਬਰ ਨਾਮਜ਼ਦ ਕਰ ਸਕਦਾ ਸੀਗਾ ਕਿਹੜਾ ਮੈਂਬਰ ਐਂਗਲੋ ਇੰਡੀਆ ਮੈਂਬਰ ਨੂੰ ਉਹ ਹੁਣ ਖਤਮ ਕਰ ਦਿੱਤਾ ਗਿਆ ਵਾ ਠੀਕ ਹੈ ਐਂਗਲੋ ਇੰਡੀਆ ਦੀ ਜਿਹੜੀ ਪੋਸਟ ਆ ਸੀਟ ਆ ਉਹ ਖਤਮ ਕਰ ਦਿੱਤੀ ਗਈ ਆ ਇਹ ਹੈ ਇਹਦੀਆਂ ਵਿਧਾਨਿਕ ਸ਼ਕਤੀਆਂ ਇਹਦੇ ਵਿੱਚ ਦੂਸਰਾ ਪੁਆਇੰਟ ਇਹ ਲਿਖਿਆ ਕਿ ਅਸੈਂਬਲੀ ਨੂੰ ਭੰਗ ਕਰ ਸਕਦਾ ਹੁਣ ਤੁਹਾਨੂੰ ਪੇਪਰ 'ਚ ਇਹ ਆ ਸਕਦਾ ਕਿ ਰਾਜਪਾਲ ਅਸੈਂਬਲੀ ਨੂੰ ਤਾਂ ਭੰਗ ਕਰ ਸਕਦਾ ਪਰ ਕਿਹਦੀ ਸਲਾਹ ਤੇ ਕਰਦਾ ਮੁੱਖ ਮੰਤਰੀ ਦੀ ਸਲਾਹ ਤੇ ਕਰ ਸਕਦਾ ਠੀਕ ਹੈ ਤੇ ਅੱਗੇ ਆ ਅੱਗੇ ਆ ਜੀ ਹੇਠ ਲਿਖੇ ਹੇਠ ਲਿਖੇ ਅਧਿਕਾਰੀਆਂ ਦੀ ਨਿਯੁਕਤੀ ਰਾਜਪਾਲ ਕਰ ਸਕਦਾ ਕਿਹੜੇ ਕਿਹੜੇ ਅਧਿਕਾਰੀਆਂ ਦੀ ਨਿਯੁਕਤੀ ਰਾਜਪਾਲ ਕਰ ਸਕਦਾ ਵਾ ਰਾਜ ਦੇ ਐਡਵੋਕੇਟ ਜਨਰਲ ਦੀ ਨਿਯੁਕਤੀ ਕਰ ਸਕਦਾ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਅਤੇ ਮੈਂਬਰਾਂ ਦੀ ਨਿਯੁਕਤੀ ਕਰ ਸਕਦਾ ਰਾਜ ਚੋਣ ਕਮਿਸ਼ਨ ਦੀ ਨਿਯੁਕਤੀ ਕਰ ਸਕਦਾ ਇਸ ਤੋਂ ਇਲਾਵਾ ਜਿਹੜਾ ਰਾਜਪਾਲ ਆ ਇਹ ਕੀ ਹੁੰਦਾ ਵਾ ਯੂਨੀਵਰਸਿਟੀ ਦੇ ਜਿਹੜਾ ਯੂਨੀਵਰਸਿਟੀ ਦਾ ਚਾਂਸਲਰ ਹੁੰਦਾ ਵਾ ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਚੁਣ ਸਕਦਾ ਵਾ ਠੀਕ ਹੈ ਇਹ ਵੀ ਰਾਜਪਾਲ ਆ ਜਿਹੜਾ ਕਰ ਸਕਦਾ ਵਾ ਇਹਨੂੰ ਹੱਕ ਦਿੱਤਾ ਗਿਆ ਵਾ ਤੇ ਇਸ ਤੋਂ ਇਲਾਵਾ ਆਰਟੀਕਲ 166 ਜਦੋਂ ਮੈਂ ਤੁਹਾਨੂੰ ਕਰਵਾਉਂਗੀ ਤਾਂ ਉਹਦੇ ਵਿੱਚ ਵੀ ਇਹ ਲਿਖਿਆ ਹੋਇਆ ਹੈ ਕਾਰਜਪਾਲਿਕਾ ਸ਼ਕਤੀ ਦੇ ਵਿੱਚ ਹੀ ਆ ਜਾਂਦਾ ਇੱਕ ਤਰ੍ਹਾਂ ਨਾਲ ਤਾਂ ਮੈਂ ਸ਼ਕਤੀ ਦੱਸ ਰਹੀਆਂ ਰਾਜਪਾਲ ਦੀ ਕਿ ਮੁੱਖ ਮੰਤਰੀ ਦੀ ਨਿਯੁਕਤੀ ਰਾਜਪਾਲ ਕਰਦਾ ਵਾ ਤੇ ਬਾਕੀ ਮੰਤਰੀ ਮੰਡਲ ਦੀ ਨਿਯੁਕਤੀ ਰਾਜ ਮੁੱਖ ਮੰਤਰੀ ਦੀ ਸਲਾਹ ਤੇ ਰਾਜਪਾਲ ਕਰਦਾ ਵਾ ਠੀਕ ਹੈ ਤੇ ਯੂਨੀਵਰਸਿਟੀ ਦਾ ਚਾਂਸਲਰ ਰਾਜਪਾਲ ਹੀ ਹੁੰਦਾ ਵਾਈਸ ਚਾਂਸਲਰ ਦੀ ਨਿਯੁਕਤੀ ਰਾਜਪਾਲ ਕਰਦਾ ਇਹ ਇੰਪੋਰਟੈਂਟ ਪੁਆਇੰਟ ਹੈ ਜਿਹੜੇ ਤੁਸੀਂ ਨੋਟ ਕਰ ਲੈਣੇ ਆ ਤੇ ਅੱਗੇ ਵੀ ਆਰਟੀਕਲ ਦੇ ਵਿੱਚ ਇਹਦੀਆਂ ਸ਼ਕਤੀਆਂ ਬਾਰੇ ਦੱਸਿਆ ਜਦੋਂ ਮੁੱਖ ਮੰਤਰੀ ਦੀ ਗੱਲ ਕਰਾਂਗੇ ਹੁਣ ਸਿਰਫ ਆਪਾਂ ਰਾਜਪਾਲ ਦੀਆਂ ਸ਼ਕਤੀਆਂ ਦੀ ਗੱਲ ਕਰ ਰਹੇ ਸੀ ਤਾਂ ਜੋ ਵੀ ਐਡੀਸ਼ਨਲ ਇਹਨੂੰ ਪਾਵਰ ਮਿਲੀ ਹੋਈ ਹੈ ਮੈਂ ਉਸ ਦੇ ਬਾਰੇ ਤੁਹਾਨੂੰ ਕਰਵਾ ਦਿੱਤਾ ਵਾ ਠੀਕ ਹੈ ਨੈਕਸਟ ਹੈ ਹੋਰ ਸ਼ਕਤੀਆਂ ਵੀ ਮਿਲੀਆਂ ਹੋਈਆਂ ਨੇ ਜਿੰਨਾ ਬਾਰੇ ਅਸੀਂ ਅਗਲੇ ਆਰਟੀਕਲ ਦੇ ਵਿੱਚ ਕਰਨਾ ਵਾ ਤੇ ਇਹਨਾਂ ਹੋਰ ਸ਼ਕਤੀਆਂ ਦੀ ਜੇਕਰ ਗੱਲ ਕਰੀਏ ਜਿਵੇਂ ਸਭ ਤੋਂ ਪਹਿਲਾਂ ਲਿਖਿਆ ਹੋਇਆ ਬਿੱਲ ਤੇ ਰਾਜਪਾਲ ਦੀ ਸ਼ਕਤੀ ਕਿ ਰਾਜਪਾਲ ਬਿੱਲ ਨੂੰ ਮਨਜ਼ੂਰੀ ਦੇ ਸਕਦਾ ਦੇਖੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਰਵਾਇਆ ਸੀਗਾ ਰਾਸ਼ਟਰਪਤੀ ਬਾਰੇ ਰਾਸ਼ਟਰਪਤੀ ਦੇ ਵਿੱਚ ਉੱਥੇ ਮੈਂ ਤੁਹਾਨੂੰ ਕਿਵੇਂ ਕਰਵਾਇਆ ਸੀ ਕਿ ਜਿਵੇਂ ਬਿੱਲ ਰਾਸ਼ਟਰਪਤੀ ਕੋਲ ਜਾਂਦਾ ਜੇਕਰ ਰਾਸ਼ਟਰਪਤੀ ਸਾਈਨ ਕਰ ਦੇਵੇ ਤਾਂ ਫਿਰ ਉਹ ਕਾਨੂੰਨ ਬਣਦਾ ਇਸੇ ਤਰ੍ਹਾਂ ਹੀ ਰਾਜ ਵਿੱਚ ਹੁੰਦਾ ਵਾ ਜਿੰਨਾ ਰਾਜਾਂ ਵਿੱਚ ਤਾਂ ਦੋ ਸਦਨੀ ਵਿਧਾਨਪ੍ਰੀਸ਼ਦਾਂ ਯਾਨੀ ਕਿ ਵਿਧਾਨ ਸਭਾ ਤੇ ਵਿਧਾਨਪ੍ਰੀਸ਼ਦ ਦੋ ਸਦਨੀ ਮੰਡਲ ਆ ਜਿੰਨਾ ਰਾਜਾਂ ਵਿੱਚ ਦੋ ਸੰਸ ਦੀ ਪ੍ਰਣਾਲੀ ਆ ਤੇ ਵਿਧਾਨ ਪ੍ਰੀਸ਼ਦ ਤੇ ਵਿਧਾਨ ਸਭਾ ਠੀਕ ਹੈ ਉਹਨਾਂ ਵਿੱਚ ਦੋਵਾਂ ਸਦਨਾਂ ਵਿੱਚੋਂ ਪਾਸ ਹੋ ਕੇ ਬਿੱਲ ਰਾਜਪਾਲ ਕੋਲ ਜਾਂਦਾ ਫਿਰ ਜੇਕਰ ਰਾਜਪਾਲ ਉਹਨੂੰ ਸਾਈਨ ਕਰ ਦੇਵੇ ਫੇਰ ਉਹ ਕਾਨੂੰਨ ਬਣਦਾ ਵਾ ਇਹ ਵੀ ਸ਼ਕਤੀ ਰਾਜਪਾਲ ਨੂੰ ਦਿੱਤੀ ਗਈ ਹੋਈ ਆ ਅੱਗੇ ਆਰਟੀਕਲ 200 ਦੇ ਵਿੱਚ ਲਿਖਿਆ ਕਿ ਜੇਕਰ ਰਾਜਪਾਲ ਬਿੱਲ ਨੂੰ ਪਾਸ ਕਰ ਦੇਵੇ ਉਹਦੀ ਸ਼ਕਤੀ ਦੀ ਗੱਲ ਕਰ ਰਹੀ ਹਾਂ ਨਾ ਮੈਂ ਤਾਂ ਕਰਵਾ ਰਹੀ ਹਾਂ ਇਹ ਨਾ ਸੋਚਿਓ ਕਿ ਮੈਂ ਦੂਜੇ ਆਰਟੀਕਲ ਸ਼ਾਇਦ ਜਿਹੜੇ ਅੱਗੇ 57 58 ਉਹ ਛੱਡ ਦਿੱਤੇ ਆ ਇਹ ਨਾ ਸੋਚਿਓ ਮੈਂ ਸਿਰਫ ਰਾਜਪਾਲ ਦੀਆਂ ਸ਼ਕਤੀਆਂ ਦਾ ਜ਼ਰੀਆ ਤਾਂ ਮੈਂ ਵਿੱਚ ਹੀ ਐਡ ਕਰ ਦਿੱਤੇ ਤਾਂ ਜੋ ਤੁਹਾਨੂੰ ਕਲੀਅਰ ਹੋਵੇ ਅਗੇ ਨਿਯਮ 200 ਦੇ ਵਿੱਚ ਵੀ ਲਿਖਿਆ ਹੋਇਆ ਕਿ ਜੇਕਰ ਸਹੀ ਨਾਂ ਲੱਗੇ ਤਾਂ ਬਿੱਲ ਨੂੰ ਰੋਕ ਸਕਦਾ ਦੇਖੋ ਜੇਕਰ ਰਾਜਪਾਲ ਬਿੱਲ ਨੂੰ ਪਾਸ ਕਰ ਦੇਵੇ ਤਾਂ ਇਹ ਕਾਨੂੰਨ ਬਣ ਜਾਂਦਾ ਪਰ ਜੇਕਰ ਬਿੱਲ ਰਾਜਪਾਲ ਨੂੰ ਸਹੀ ਨਾਂ ਨਾ ਲੱਗੇ ਤਾਂ ਉਹ ਆਪਣੇ ਕੋਲ ਰੱਖ ਸਕਦਾ ਤੇ ਕਾਫੀ ਲੰਬੇ ਸਮੇਂ ਤੱਕ ਕੋਲ ਰੱਖ ਕੇ ਉਹ ਜਿਹੜਾ ਜਦੋਂ ਕਾਫੀ ਲੰਬੇ ਸਮੇਂ ਦਾ ਕੋਲ ਰੱਖ ਲੈਂਦਾ ਤਾਂ ਬਿੱਲ ਆਪਣੇ ਆਪ ਹੀ ਸਮਾਪਤ ਹੋ ਜਾਂਦਾ ਵਾ ਸੇਮ ਸੇਮ ਹੀ ਹੈ ਜਿਵੇਂ ਰਾਸ਼ਟਰਪਤੀ ਕਰਦਾ ਸੇਮ ਉਹਦੇ ਵਾਂਗ ਤੇ ਜੇਕਰ ਉਹ ਧਨ ਬਿੱਲ ਆ ਤਾਂ ਰਾਸ਼ਟਰਪਤੀ ਉਸ ਨੂੰ ਜੇਕਰ ਤਾਂ ਨਬੀਲਾ ਤਾਂ ਰਾਸ਼ਟਰਪਤੀ ਰਾਜਪਾਲ ਉਸ ਨੂੰ ਪੁਨਰ ਵਿਚਾਰ ਦੇ ਲਈ ਨਹੀਂ ਭੇਜ ਸਕਦਾ ਬਾਕੀ ਸਾਰੇ ਬਿੱਲ ਪੁਨਰ ਵਿਚਾਰ ਲਈ ਭੇਜ ਸਕਦਾ ਪਰ ਧਨ ਬਿੱਲ ਨੂੰ ਨਹੀਂ ਪਰ ਜੇਕਰ ਪੁਨਰ ਵਿਚਾਰ ਤੇ ਮੰਤਰੀ ਮੰਡਲ ਵਿੱਚ ਜਿਹੜਾ ਆਪਾਂ ਕਹਿ ਸਕਦੇ ਆ ਜੇ ਮੰਨ ਕੇ ਚੱਲੋ ਪੁਨਰ ਵਿਚਾਰ ਲਈ ਉਹਨੇ ਭੇਜਤਾ ਤੇ ਵਿਧਾਨ ਮੰਡਲ ਵਿੱਚ ਉਸ ਦੇ ਵਿੱਚ ਕੋਈ ਚੇਂਜ ਹੀ ਨਾ ਕੀਤਾ ਜਾਵੇ ਕੋਈ ਸੰਸ਼ੋਧਨ ਹੀ ਨਾ ਹੋਵੇ ਤਾਂ ਉਹ ਰਾਸ਼ਟਰਪਤੀ ਨੂੰ ਦੇ ਜ ਸਕਦਾ ਰਾਸ਼ਟਰਪਤੀ ਦੀ ਸਲਾਹ ਲੈ ਸਕਦਾ ਬਿੱਲ ਨੂੰ ਰਾਸ਼ਟਰਪਤੀ ਦੇ ਵਿਚਾਰ ਲਈ ਰੱਖ ਸਕਦਾ ਵਾ ਤਾਂ ਰਾਜਪਾਲ ਉਸ ਨੂੰ ਰਾਜਪਾਲਾ ਜਿਹੜਾ ਜੇਕਰ ਰਾਸ਼ਟਰਪਤੀ ਸਲਾਹ ਦੇ ਦੇਵੇ ਤਾਂ ਰਾਜਪਾਲ ਨੂੰ ਸਾਈਨ ਕਰਨੀ ਹੀ ਪੈਣੀ ਆ ਪਰ ਆਰਟੀਕਲ 201 ਦੇ ਵਿੱਚ ਲਿਖਿਆ ਹੋਇਆ ਵਾ ਕਿ ਜੇਕਰ ਰਾਸ਼ਟਰਪਤੀ ਨਾਲ ਸਲਾਹ ਕਰਨ ਲਈ ਜਿਹੜਾ ਬਿੱਲ ਹੈ ਸੰਵਿਧਾਨ ਦੇ ਵਿਰੋਧਾ ਕਿਹੜਾ ਵਿਲ ਉਹ ਰਾਸ਼ਟਰਪਤੀ ਨਾਲ ਸਲਾਹ ਕਰਨ ਲਈ ਰੱਖ ਸਕਦਾ ਜਿਹੜਾ ਵਿਲ ਸੰਵਿਧਾਨ ਦੇ ਵਿਰੋਧ ਆ ਜਾਂ ਹਾਈ ਕੋਰਟ ਦੇ ਵਿਰੋਧ ਆ ਪਰ ਜੇਕਰ ਰਾਸ਼ਟਰਪਤੀ ਇਸ ਵਿਲ ਨੂੰ ਮਨਜ਼ੂਰ ਨਾ ਕਰੇ ਤਾਂ ਵਿਧਾਨ ਮੰਡਲ ਨੂੰ ਇਸ ਦੇ ਵਿੱਚ ਸੰਸ਼ੋਧਨ ਕਰਨਾ ਪੈਂਦਾ ਜੇ ਰਾਸ਼ਟਰਪਤੀ ਨੇ ਮਨਜ਼ੂਰ ਕਰਤਾ ਤਾਂ ਰਾਜਪਾਲ ਨੂੰ ਸਾਈਨ ਕਰਨੇ ਪੈਂਦੇ ਆ ਠੀਕ ਹੈ ਇਹ ਗੱਲ ਇਹਦੇ ਵਿੱਚ ਲਿਖੀ ਹੋਈ ਆ ਤੇ ਤਾਂ ਨਵਿਲ ਰਾਜਪਾਲ ਦੀ ਪੁਨਰ ਸਹਿਮਤੀ ਦੇ ਬਾਅਦ ਹੀ ਵਿਧਾਨ ਮੰਡਲ ਵਿੱਚ ਪੇਸ਼ ਕੀਤਾ ਜਾਂਦਾ ਇਸ ਕਰਕੇ ਤਾਂ ਨਵਿਲ ਨੂੰ ਜ਼ਰੂਰਤ ਨਹੀਂ ਹੁੰਦੀ ਪੁਨਰ ਵਿਚਾਰ ਦੇ ਲਈ ਅੱਗੇ ਆ ਵਿੱਤ ਸ਼ਕਤੀ ਦੀ ਵੀ ਗੱਲ ਕਰ ਲੈਣੇ ਆ ਹੁਣ ਵਿੱਤ ਸ਼ਕਤੀ ਦੇ ਵਿੱਚ ਕੀ ਆ ਦੇਖੋ ਆਰਟੀਕਲ 356 ਦੇ ਵਿੱਚ ਅਸੀਂ ਅ ਮਰਜੈਂਸੀ ਬਾਰੇ ਪੜਾਂਗੇ ਮੈਂ ਸਿਰਫ ਰਾਜਪਾਲ ਦੀਆਂ ਸ਼ਕਤੀਆਂ ਕਰਵਾ ਰਹੀਆਂ ਨਾ ਇਸ ਕਰਕੇ ਤੁਹਾਨੂੰ ਦੱਸ ਰਹੀਆਂ ਤੇ ਦੇਖੋ ਇਹਦੇ ਵਿੱਚ ਕੀ ਆ ਸਭ ਤੋਂ ਪਹਿਲਾਂ ਰਾਜਪਾਲ ਦੀ ਸਲਾਹ ਤੇ ਵਿੱਤ ਮੰਤਰੀ ਦੁਆਰਾ ਬਜਟ ਪੇਸ਼ ਕੀਤਾ ਜਾਂਦਾ ਬਜਟ ਤਾਂ ਆਪਾਂ ਨੂੰ ਪਤਾ ਵਿੱਤ ਮੰਤਰੀ ਪੇਸ਼ ਕਰਦਾ ਪਰ ਕਿਹਦੀ ਸਲਾਹ ਤੇ ਰਾਜਪਾਲ ਦੀ ਸਲਾਹ ਤੇ ਫਿਰ ਆਰਟੀਕਲ 200 ਦੇ ਵਿੱਚ ਦੱਸਿਆ ਗਿਆ ਕਿ ਰਾਸ਼ਟਰਪਤੀ ਦੇ ਵਿਚਾਰ ਲਈ ਬਿੱਲ ਨੂੰ ਰਾਤ ਮਾਰ ਰੱਖ ਸਕਦਾ ਇਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਆਰਟੀਕਲ 356 ਦੇ ਵਿੱਚ ਦੱਸਿਆ ਕਿ ਰਾਸ਼ਟਰਪਤੀ ਸਾਰਸ਼ਣ ਦੀ ਸਿਫਾਰਿਸ਼ ਕਰ ਸਕਦਾ ਦੇਖੋ ਰਾਸ਼ਟਰਪਤੀ ਸ਼ਾਸਨ ਮਤਲਬ ਆਪਾਤਕਾਲ ਆਪਾਤਕਾਲ ਦੀ ਘੋਸ਼ਣਾ ਤਾਂ ਕਰ ਸਕਦਾ ਪਰ ਕਦੋਂ ਜੇਕਰ ਰਾਸ਼ਟਰਪਤੀ ਜੇਕਰ ਰਾਜਪਾਲ ਨੂੰ ਲੱਗਦਾ ਕਿ ਜਿਹੜੀ ਰਾਜ ਸਰਕਾਰ ਉਹ ਸੰਵਿਧਾਨ ਦੀ ਉਲੰਘਣਾ ਕਰ ਰਹੀ ਆ ਤਾਂ ਰਾਜਪਾਲ ਅਪਾਤਕਾਲ ਦੀ ਘੋਸ਼ਣਾ ਕਰ ਸਕਦਾ ਵਾ ਠੀਕ ਹੈ ਅੱਗੇ ਆ ਜੀ ਹੁਣ ਆਰਟੀਕਲ ਤੇ ਆ ਜੰਨੇ ਆ ਇਹ ਸਾਰੀਆਂ ਸ਼ਕਤੀਆਂ ਸੀਗੀਆਂ ਜਿੰਨੇ ਵੀ ਤਰ੍ਹਾਂ ਦੀਆਂ ਸੰਵਿਧਾਨ ਦੇ ਵਿੱਚ ਲਿਖੀਆਂ ਮੈਂ ਤੁਹਾਨੂੰ ਕਰਵਾਤੀਆਂ ਅੱਗੇ ਆਰਟੀਕਲ 155 ਜਿਹਦੇ ਵਿੱਚ ਅਸੀਂ ਪੜਾਂਗੇ ਰਾਜਪਾਲ ਦੀ ਨਿਯੁਕਤੀ ਦੇਖੋ ਰਾਜਪਾਲ ਦੀ ਨਿਯੁਕਤੀ ਬਾਰੇ ਆਰਟੀਕਲ 155 ਦੇ ਵਿੱਚ ਪੜਾਂਗੇ ਰਾਜਪਾਲ ਦੀ ਜਿਹੜੀ ਨਿਯੁਕਤੀ ਹੈ ਇਹ ਪ੍ਰਕਿਰਿਆ ਅਸੀਂ ਕੈਨੇਡਾ ਦੇ ਸੰਵਿਧਾਨ ਤੋਂ ਲਈ ਆ ਤੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਸਲਾਹ ਤੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਸਲਾਹ ਤੇ ਰਾਜਪਾਲ ਦੀ ਨਿਯੁਕਤੀ ਕਰਦਾ ਕਿਹਦੀ ਸਲਾਹ ਤੇ ਪ੍ਰਧਾਨ ਮੰਤਰੀ ਦੀ ਸਲਾਹ ਤੇ ਹੁਣ ਰਾਸ਼ਟਰਪਤੀ ਹੀ ਇਸ ਦੀ ਨਿਯੁਕਤੀ ਕਿਉਂ ਕਰਦਾ ਵਾ ਤਾ ਜੋ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਸਲਾਹ ਵੀ ਲਿੰਦਾ ਕਿਉਂ ਇਹ ਇਹ ਪ੍ਰੋਸੈਸਿੰਗ ਕੀਤਾ ਗਿਆ ਵਾ ਦੇਖੋ ਹੁਣ ਰਾਜ ਤਾਂ ਭਾਰਤ ਦੇ ਹੀ ਆ ਨਾ ਜਿਹੜੇ ਭਾਰਤ ਦੇ 28 ਰਾਜ ਆ ਇਹ ਇਹ ਸਾਰੇ ਨੂੰ ਦੇਖਣਾ ਤਾਂ ਭਾਰਤ ਦੇ ਰਾਸ਼ਟਰਪਤੀ ਨਹੀਂ ਨਾ ਕਿਉਂਕਿ ਭਾਰਤ ਜਿਹੜਾ ਰਾਸ਼ਟਰਪਤੀ ਆ ਉਹੀ ਪਹਿਲਾ ਨਾਗਰਿਕਾ ਭਾਰਤ ਦਾ ਠੀਕ ਹੈ ਤਾਂ ਕੀ ਆ ਇਸ ਦੇ ਨਾਲ ਕੀ ਹੈ ਕਿ ਜੇਕਰ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਸਲਾਹ ਤੇ ਇਸ ਦੀ ਨਿਯੁਕਤੀ ਕਰੂਗਾ ਇਸ ਦੇ ਨਾਲ ਇੱਕ ਕੇਂਦਰ ਸਰਕਾਰ ਤੇ ਰਾਜ ਸਰਕਾਰ ਦੇ ਵਿੱਚਕਾਰ ਵਧੀਆ ਬੌਂਡ ਬਣਿਆ ਰਹਿੰਦਾ ਉਹਨਾਂ ਦਾ ਰਿਸ਼ਤਾ ਵਧੀਆ ਬਣਿਆ ਰਹਿੰਦਾ ਠੀਕ ਹੈ ਇਹ ਤਾਂ ਕੀਤਾ ਗਿਆ ਵਾ ਇਹ ਆਰਟੀਕਲ 155 ਦੇ ਵਿੱਚ ਸਾਨੂੰ ਜਾਣਕਾਰੀ ਮਿਲਦੀ ਆ ਅੱਗੇ ਆਰਟੀਕਲ 156 ਦੇ ਵਿੱਚ ਦੱਸਿਆ ਗਿਆ ਵਾ ਅੱਛਾ ਤੁਸੀਂ ਇੱਥੇ ਇਹ ਵੀ ਸੋਚਦੇ ਹੋਵੋਗੇ ਕਿ ਰਾਜਪਾਲ ਨੂੰ ਸੌਂ ਕੌਣ ਚੁਕਾਉਂਦਾ ਠੀਕ ਹੈ ਨਿਯੁਕਤੀ ਤਾਂ ਚਲੋ ਮੈਂ ਦੱਸਦਾ ਸੌਂ ਵੀ ਦੱਸਣਾ ਚਾਹੀਦਾ ਸੀ ਤਾਂ ਸੌਂ ਕੌਣ ਚੁਕਾਉਂਦਾ ਰਾਜਪਾਲ ਨੂੰ ਹਾਈ ਕੋਰਟ ਦਾ ਮੁੱਖ ਜੱਜ ਹੈ ਕੋਣ ਜਿਹੜੇ ਵੀ ਰਾਜਦੋਬ ਬਣਿਆ ਉਸ ਰਾਜ ਦੀ ਹਾਈ ਕੋਰਟ ਚ ਕਾਉਂਦੀ ਹੈ ਠੀਕ ਹੈ ਉਹਦੇ ਹਾਈ ਕੋਰਟ ਦਾ ਮੁੱਖ ਜੱਜ ਨੈਕਸਟ ਹੈ ਆਰਟੀਕਲ 156 ਰਾਜਪਾਲ ਦਾ ਕਾਰਜਕਾਰ ਦੇਖੋ ਰਾਜਪਾਲ ਦਾ ਕਾਰਜਕਾਰ ਵੈਸੇ ਤਾਂ 5 ਸਾਲ ਦਾ ਹੁੰਦਾ ਪਰ ਤੁਹਾਨੂੰ ਪੇਪਰ ਦੇ ਵਿੱਚੇ ਆਪਸ਼ਨ ਆ ਸਕਦੀ ਆ ਕਿ ਰਾਜਪਾਲ ਦਾ ਕਾਰਜਕਾਲ ਕਿੰਨੇ ਸਮੇਂ ਦਾ ਹੁੰਦਾ 5 ਸਾਲ ਦਾ ਜਾਂ ਰਾਸ਼ਟਰਪਤੀ ਦੀ ਇੱਛਾ ਅਨੁਸਾਰ ਰਾਸ਼ਟਰਪਤੀ ਦੀ ਇੱਛਾ ਦੇ ਅਨੁਸਾਰ ਨਿਰਪਰ ਕਰਦਾ ਵਾ ਕਿ ਇਹਦਾ ਰਾਜ ਕਾਰਜਕਾਲ ਕਿੰਨਾ ਹੁੰਦਾ। ਰਾਸ਼ਟਰਪਤੀ ਜਦ ਚਾਹੇ ਰਾਜਪਾਲ ਨੂੰ 5 ਸਾਲ ਪੂਰੇ ਹੋਣ ਤੋਂ ਪਹਿਲਾਂ ਵੀ ਹਟਾ ਸਕਦਾ, ਜਾਨੀ ਕਿ ਉਹਦਾ ਕਾਰਜਕਾਲ ਸਮਾਪਤ ਕਰ ਸਕਦਾ ਤੇ ਕਾਰਜਕਾਲ ਸਮਾਪਤ ਹੋਣ ਤੋਂ ਪਹਿਲਾਂ ਉਹਨੂੰ ਹਟਾ ਸਕਦਾ ਵਾ ਠੀਕ ਹੈ। ਰਾਸ਼ਟਰਪਤੀ ਦੀ ਇੱਛਾ ਤੇ ਹੀ ਰਾਜਪਾਲ ਦਾ ਕਾਰਜਕਾਰ ਨਿਰਪਰ ਕਰਦਾ। ਏ ਲਾਈਨ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਆ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਚਾਹੀਏ ਇਹਨੂੰ ਨੋਟ ਕਰ ਲਓ ਅੱਗੇ ਆ ਆਰਟੀਕਲ 156 ਦੀ ਜਿਹੜੇ ਅਸੀਂ ਗੱਲ ਕਰੀਏ ਤਾਂ 156 ਦੇ ਨਾਲ ਅੱਗੇ ਦੋ ਖੰਡ ਦੱਸੀ ਹੋਇਆ ਜਾਨੀ ਕਿ 156 ਦੀ 156 ਏ ਵੀ ਲਿਖਿਆ ਹੋਇਆ ਵਾ 156 ਏ ਦੇ ਵਿੱਚ ਕੀ ਆ ਇਹ ਰਾਸ਼ਟਰਪਤੀ ਦੀ ਇੱਛਾ ਤੇ ਰਾਜਪਾਲ ਦਾ ਜਿਹੜਾ ਕਾਰਜਕਾਲ ਆ ਇਹ ਨਿਰਪਰ ਕਰਦਾ 156A ਦੇ ਵਿੱਚ ਦੱਸਿਆ ਹੋਇਆ ਵਾ ਠੀਕ ਹੈ ਅੱਗੇ 156B ਵੀ ਦਿੱਤਾ ਹੋਇਆ 156B ਦੇ ਵਿੱਚ ਕੀ ਦਿੱਤਾ ਹੋਇਆ ਕਿ ਰਾਸ਼ਟਰਪਤੀ ਨੂੰ ਅਸਤੀਫਾ ਦੇ ਕੇ ਰਾਜਪਾਲ ਜੇਕਰ ਹੋਂਦਾ ਛੱਡਣਾ ਚਾਹੁੰਦਾ ਤਾਂ ਰਾਸ਼ਟਰਪਤੀ ਨੂੰ ਅਸਤੀਫਾ ਦੇ ਕੇ ਆਪਣਾ ਹੋਂਦਾ ਵਾ ਜਿਹੜਾ ਛੱਡ ਸਕਦਾ ਵਾ ਠੀਕ ਹੈ ਇਹਦੇ ਵਿੱਚ ਮਹਾਦੋਸ਼ ਦੀ ਪ੍ਰਕਿਰਿਆ ਨਹੀਂ ਗੀ ਕਿਉਂਕਿ ਰਾਸ਼ਟਰਪਤੀ ਤੇ ਤਾਂ ਮਹਾਦੋਸ਼ ਦੀ ਪ੍ਰਕਿਰਿਆ ਲੱਗਦੀ ਹੈ ਨਾ ਰਾਜਪਾਲ ਤੇ ਮਹਾਦੋਸ਼ ਦੀ ਪ੍ਰਕਿਰਿਆ ਨਹੀਂ ਲੱਗਦੀ ਕਿਉਂ ਨਹੀਂ ਲੱਗਦੀ ਕਿਉਂਕਿ ਇਹਨੂੰ ਰਾਸ਼ਟਰਪਤੀ ਜਦੋਂ ਚਾਹੇ ਹਟਾ ਸਕਦਾ ਇਹ ਤਾਂ ਨਹੀਂ ਲੱਗਦੀ ਇਹਦੇ ਤੇ ਮਹਾਦੋਸ਼ ਦੀ ਪ੍ਰਕਿਰਿਆ ਨੈਕਸਟ ਹੈ ਆਰਟੀਕਲ 157 ਆਰਟੀਕਲ 157 ਦੇ ਵਿੱਚ ਯੋਗਤਾ ਦੱਸੀ ਆ ਬਈ ਉਹਦੀ ਕੀ एलिजिਬਿਲਿਟੀ ਹੈ ਉਹਦੀ ਰਾਜਪਾਲ ਬਣਨ ਦੀ ਤਾਂ ਜਿਹੜਾ ਵੀ ਵਿਅਕਤੀ ਰਾਜਪਾਲ ਬਣ ਰਿਹਾ ਪਹਿਲੀ ਤਾਂ ਗੱਲ ਇਹ ਲਿਖੀ ਹੈ ਕਿ ਉਹ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਜ਼ਰੂਰੀ ਨਹੀਂ ਕਿ ਉਹ ਜੰਮਿਆ ਭਾਰਤ ਵਿੱਚ ਹੋਣਾ ਚਾਹੀਦਾ ਬਸ ਉਹਦੇ ਕੋਲ ਭਾਰਤ ਦੀ ਨਾਗਰਿਕਤਾ ਹੋਵੇ ਠੀਕ ਹੈ ਤੇ 35 ਸਾਲ ਦੀ ਉਮਰ ਪੂਰੀ ਕੀਤੀ ਹੋਣੀ ਚਾਹੀਦੀ ਆ 35 ਸਾਲ ਦੀ ਉਮਰ ਪੂਰੀ ਹੋਣੀ ਚਾਹੀਦੀ ਆ ਤਾਂ ਉਹ ਰਾਜਪਾਲ ਬਣ ਸਕਦਾ ਵਾ ਠੀਕ ਹੈ ਨੈਕਸਟ ਹੈ ਆਰਟੀਕਲ 6158 ਮਤਲਬ ਰਾਜਪਾਲ ਦੇ ਆਉਂਦੇ ਦੀਆਂ ਸ਼ਰਤਾਂ ਦੱਸੀਆਂ ਹੋਈਆਂ ਨੇ ਇਹਦੇ ਵਿੱਚ ਆਉਂਦੇ ਦੀਆਂ ਕੀ ਸ਼ਰਤਾਂ ਕਿ ਲਾਭ ਦੇ ਆਉਂਦੇ ਲਾਭ ਦੀ ਸਥਿਤੀ ਵਿੱਚ ਨਹੀਂ ਮਤਲਬ ਲਾਭ ਦੇ ਆਉਂਦੇ ਤੇ ਨਹੀਂ ਹੋਣਾ ਚਾਹੀਦਾ ਲਾਭ ਦੇ ਆਉਂਦੇ ਦਾ ਮਤਲਬ ਜਿਵੇਂ ਮੰਨ ਕੇ ਚੱਲੋ ਹੁਣ ਉਹ ਰਾ ਕੋਈ ਪਹਿਲਾਂ ਕੋਈ ਟੀਚਰ ਸੀ ਠੀਕ ਹੈ ਕੋਈ ਗਵਰਨਮੈਂਟ ਅਧਿਆਪਕ ਸੀਗਾ ਸਰਕਾਰੀ ਨੌਕਰੀ ਕਰ ਰਿਹਾ ਸੀਗਾ ਹੁਣ ਉਹ ਰਾਜਪਾਲ ਬਣ ਗਿਆ ਜਦੋਂ ਰਾਜਪਾਲ ਬਣ ਗਿਆ ਤਾਂ ਉਹ ਨੂੰ ਆਪਣੀ ਜਿਹੜੀ ਸਰਕਾਰੀ ਨੌਕਰੀ ਤੇ ਉਹ ਪਹਿਲਾਂ ਸੀ ਇਹ ਨਹੀਂ ਕਿ ਹੁਣ ਉਹ ਉਹ ਨੌਕਰੀ ਕਰ ਸਕਦਾ ਵਾ ਠੀਕ ਹੈ ਜੇਕਰ ਉਹ ਵਿਧਾਨ ਸਭਾ ਜਾਂ ਵਿਧਾਨ ਮੰਡਲ ਦਾ ਪਹਿਲਾ ਮੈਂਬਰ ਰਹਿ ਚੁੱਕਿਆ ਤਾਂ ਹੁਣ ਉਹ ਮੈਂਬਰ ਨਹੀਂ ਰਹੂਗਾ ਹੁਣ ਉਹ ਇਕੱਲਾ ਰਾਜਪਾਲ ਹੀ ਰਹੂਗਾ ਜਾਨੀ ਕਿ ਕੋਈ ਹੋਰ ਜੋਬ ਨਹੀਂ ਕਰੂਗਾ ਨਾਲ ਇਹ ਕੰਡੀਸ਼ਨ ਹੈ ਇਹਦੇ ਤੇ ਤੇ ਰਾਜਪਾਲ ਨੂੰ ਸੰਸਦ ਜਾਂ ਵਿਧਾਨ ਸਭਾ ਦਾ ਮੈਂਬਰ ਨਹੀਂ ਹੋਣਾ ਚਾਹੀਦਾ ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਵਾ ਤੇ ਉਸ ਰਾਜ ਦਾ ਨਿਵਾਸੀ ਨਹੀਂ ਹੋਣਾ ਚਾਹੀਦਾ ਇਹ ਇੰਪੋਰਟੈਂਟ ਫੈਕਟ ਆ ਕਿ ਜਿਹੜੇ ਵੀ ਰਾਜ ਦਾ ਰਾਜਪਾਲ ਚੁਣਿਆ ਗਿਆ ਵਾ ਉਹ ਉਸ ਰਾਜ ਦਾ ਰਾਜਪਾਲ ਉਸ ਰਾਜਪਾਲ ਦਾ ਨਿਵਾਸੀ ਨਹੀਂ ਹੋਣਾ ਚਾਹੀਦਾ ਕਿਉਂ ਨਹੀਂ ਹੋਣਾ ਚਾਹੀਦਾ ਇਹਦੇ ਮਗਰ ਵੀ ਕਾਰਨ ਆ ਹੁਣ ਮੰਨ ਲਓ ਜੇਕਰ ਆਪਾਤਕਾਲ ਲੱਗ ਜੇ ਤਾਂ ਸਾਰੀਆਂ ਸ਼ਕਤੀਆਂ ਰਾਜਪਾਲ ਕੋਲ ਆ ਜਾਂਦੀਆਂ ਤੇ ਇਸ ਦਾ ਉਹ ਫਾਇਦਾ ਉਠਾ ਸਕਦਾ ਮਤਲਬ ਆਪਣੇ ਰਿਸ਼ਤੇਦਾਰਾਂ ਨੂੰ ਕਿਸੇ ਨੌਕਰੀ ਤੇ ਲਵਾ ਸਕਦਾ ਉਹਨਾਂ ਨੂੰ ਵਿਸ਼ੇਸ਼ ਅਧਿਕਾਰ ਦੇ ਸਕਦਾ ਵਾ ਠੀਕ ਹੈ ਤਾਂ ਕਰਕੇ ਇੱਕ ਕੰਡੀਸ਼ਨ ਰੱਖੀ ਗਈ ਹੈ ਕਿ ਉਸ ਰਾਜ ਦਾ ਨਿਵਾਸੀ ਨਹੀਂ ਹੋਣਾ ਚਾਹੀਦਾ ਨੈਕਸਟ ਹੈ ਆਰਟੀਕਲ 159 ਇਹਦੇ ਵਿੱਚ ਰਾਜਪਾਲ ਦੁਆਰਾ ਸੋਂ ਆਉਂਦਾ ਸੰਭਾਲਨ ਤੋਂ ਪਹਿਲਾਂ ਰਾਜਪਾਲ ਸੰਬੰਧਿਤ ਰਾਜ ਦੇ ਹਾਈ ਕੋਰਟ ਦੇ ਚੀਫ ਜਸਟਿਸ ਦੇ ਸਾਹਮਣੇ ਸੌਂ ਚੁੱਕਦਾ ਸੌਂ ਦਾ ਬਾਰੇ ਮੈਂ ਪਹਿਲਾਂ ਦੱਸ ਚੁੱਕੀ ਹਾਂ ਆਰਟੀਕਲ 159 ਦੇ ਵਿੱਚ ਆਉਂਦਾ ਇਹ ਗੱਲ ਤੁਸੀਂ ਨੋਟ ਕਰ ਰਣੀ ਆ ਠੀਕ ਹੈ ਆਰਟੀਕਲ 159 ਦੇ ਵਿੱਚ ਲਿਖਿਆ ਗਿਆ ਕਿ ਰਾਜਪਾਲ ਦੁਆਰਾ ਸੌਂ ਰਾਜਪਾਲ ਦੀ ਨਿਯੁਕਤੀ ਤਾਂ ਰਾਸ਼ਟਰਪਤੀ ਕਰਦਾ ਪਰ ਇਹਨੂੰ ਸੌਂ ਚੁਕਾਉਂਦਾ ਰਾਜ ਦੀ ਹਾਈ ਕੋਰਟ ਦਾ ਮੁੱਖ ਜੱਜ ਨੈਕਸਟ ਟਾਈਮ ਆਰਟੀਕਲ 160 بگੜਦੇਆਂ ਹਾਲਾਤਾਂ ਵਿੱਚ ਰਾਜਪਾਲ ਦੇ ਕੰਮ ਤਾਂ ਆਰਟੀਕਲ 160 ਸਾਨੂੰ ਬਿਗੜਦੇ ਹਾਲਾਤਾਂ ਵਿੱਚ ਰਾਜਪਾਲ ਦੇ ਕੰਮਾਂ ਬਾਰੇ ਦੱਸਦਾ ਵਾ ਰਾਜਪਾਲ ਦੇ ਕੰਮ ਮਤਲਬ ਰਾਜਪਾਲ ਦੀਆਂ ਸ਼ਕਤੀਆਂ ਹੀ ਜਿਨ੍ਹਾਂ ਦਾ ਵਰਣਨ ਆਪਾਂ ਉੱਪਰ ਕਰ ਚੁੱਕੇ ਹਾਂ ਠੀਕ ਹੈ ਤੇ ਆ ਇਹ ਜਿਆਦਾ ਇੰਪੋਰਟੈਂਟ ਨਹੀਂਗਾ ਤੁਹਾਡੇ ਲਈ ਇਸ ਕਰਕੇ ਆਪਾਂ ਜਿਆਦਾ ਇੱਥੇ ਫੋਕਸ ਵੀ ਨਹੀਂ ਕਰਾਂਗੇ ਬਸ ਇੰਨਾ ਤੇੰਨ ਰੱਖ ਲੈਣਾ ਕਿ ਬਿਗੜਦੇ ਹਾਲਾਤਾਂ ਵਿੱਚ ਰਾਜਪਾਲ ਦੇ ਕੰਮ ਨੈਕਸਟ ਹੈ ਆਰਟੀਕਲ 161 ਮਾਫੀ ਦੀ ਸ਼ਕਤੀ ਹਾਂਜੀ ਆਰਟੀਕਲ 161 ਦੇ ਵਿੱਚ ਮਾਫੀ ਦੀ ਸ਼ਕਤੀ ਲਿਖਿਆ ਵਾ ਦੇਖੋ ਰਾਜਪਾਲ ਆ ਜਿਹੜਾ ਇਹ ਫਾਂਸ ਜੇ ਬਾਕੀ ਸਾਰੀਆਂ ਸ਼ਕਤੀਆਂ ਤਾਂ ਇਹਦੇ ਕੋਲੇ ਰਾਸ਼ਟਰਪਤੀ ਵਾਲੀਆਂ ਹੀ ਹੁੰਦੀਆਂ ਪਰ ਰਾਸ਼ਟਰਪਤੀ ਤੋਂ ਅਲੱਗ ਇਹਦੇ ਕੋਲ ਇੱਕ ਸ਼ਕਤੀ ਨਹੀਂ ਗਈ ਰਾਜਪਾਲ ਫਾਂਸੀ ਦੀ ਸਜ਼ਾ ਨੂੰ ਨਹੀਂ ਮਾਫ ਕਰ ਸਕਦਾ ਨਾ ਫੌਜ ਦਾ ਮਾਮਲਾ ਹੈ ਫੌਜ ਦਾ ਮਾਮਲਾ ਮਤਲਬ ਜਿਹੜਾ ਅਪਰਾਧ ਵਗੈਰਾ ਹੁੰਦੇ ਆ ਉਹ ਵੀ ਮਾਫ ਨਹੀਂ ਕਰ ਸਕਦਾ ਇਹ ਫਾਂਸੀ ਦੀ ਜਿਹੜੀ ਫਾਂਸੀ ਦੀ ਸਜ਼ਾ ਉਹਨੂੰ ਨਹੀਂ ਮਾਫ ਕਰ ਸਕਦਾ ਤੇ ਫੌਜ ਦੇ ਮਾਮਲੇ ਨੂੰ ਮਾਫ ਨਹੀਂ ਕਰ ਸਕਦਾ ਠੀਕ ਹੈ ਤੇ ਰਾਜ ਸੂਚੀ ਅਤੇ ਸੰਵਰਤੀ ਸੂਚੀ ਨਾਲ ਸੰਬੰਧਿਤ ਵਿਸ਼ਿਆਂ ਤੇ ਹੀ ਸਮਾਧਾਨ ਕਰ ਸਕਦਾ ਵਾ ਮਤਲਬ ਆਪਦੀ ਸ਼ਕਤੀ ਦਾ ਪ੍ਰਯੋਗ ਆ ਜਿਹੜਾ ਰਾਜਪਾਲ ਉਹ ਰਾਜ ਸੂਚੀ ਅਤੇ ਸੰਵਰਤੀ ਸੂਚੀ ਦੇ ਨਾਲ ਸੰਬੰਧਿਤ ਵਿਸ਼ਿਆਂ ਤੇ ਹੀ ਕਰ ਸਕਦਾ ਪਰ ਸਜ਼ਾ ਨਹੀਂ ਮਾਫ ਕਰ ਸਕਦਾ ਇਹ ਬਹੁਤ ਇੰਪੋਰਟੈਂਟ ਆ ਤੁਹਾਡੇ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ ਇਹ ਨੈਕਸਟ ਹੈ ਆਰਟੀਕਲ 168 ਆਰਟੀਕਲ 162 ਦੇ ਵਿੱਚ ਦੱਸਿਆ ਜੀ ਰਾਜ ਦੀ ਕਾਰਜਕਾਰੀ ਸ਼ਕਤੀ ਦਾ ਵਿਸਥਾਰ ਸ਼ਕਤੀਆਂ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਉੱਪਰ ਦੱਸ ਚੁੱਕੀ ਆਂ ਫਿਰ ਵੀ ਇੱਕ ਵਾਰੀ ਇਹਦੇ ਵਿੱਚ ਦੱਸ ਦਈਏ ਕਿ 162 ਦਾ ਕੀ ਮਤਲਬ ਆ ਰਾਜ ਦੀ ਕਾਰਜਕਾਰੀ ਸ਼ਕਤੀ ਦਾ ਵਿਸਥਾਰ ਰਾਜ ਦੀ ਕਾਰਜਕਾਰੀ ਸ਼ਕਤੀ ਉਹਨਾਂ ਵਿਸ਼ਿਆਂ ਤੱਕ ਵਿਸਤ੍ਰਿਤ ਹੋਵੇਗੀ ਜਿਨ੍ਹਾਂ ਦੇ ਸਬੰਧ ਵਿੱਚ ਉਸ ਰਾਜ ਦੀ ਵਿਧਾਨ ਸਭਾ ਨੂੰ ਕਾਨੂੰਨ ਬਣਾਉਣ ਦੀ ਸ਼ਕਤੀ ਆ ਇਹ ਮੈਂ ਤੁਹਾਨੂੰ ਪਹਿਲਾਂ ਵੀ ਕਰਵਾ ਚੁੱਕੀ ਆਂ ਜਦੋਂ ਆਪਾਂ ਸ਼ਕਤੀਆਂ ਦੀ ਗੱਲ ਕੀਤੀ ਸੀ ਕਿ ਜੋ ਐਡੀਸ਼ਨਲ ਸ਼ਕਤੀਆਂ ਨੂੰ ਮਿਲੀਆਂ ਮੈਂ ਇੱਕੋ ਜਿਹੀ ਕਰਵਾ ਦਿੱਤੀਆਂ ਸੀਗੀਆਂ ਤਾਂ ਕਿ ਤੁਸੀਂ ਇਹਨੂੰ ਸਮਝ ਸਕੋ ਠੀਕ ਹੈ ਅੱਗੇ ਅਸੀਂ ਪੜ੍ਹਨਾ ਜੀ ਵਿਧਾਨ ਰਾਜ ਵਿਧਾਨ ਸਭਾ ਅਤੇ ਮੰਤਰੀ ਮੰਡਲ ਬਾਰੇ ਰਾਜ ਵਿਧਾਨ ਸਭਾ ਅਤੇ ਮੰਤਰੀ ਮੰਡਲ ਦੇ ਬਾਰੇ ਠੀਕ ਹੈ ਇਹ ਆਪਾਂ ਪੜ੍ਹਨਾ ਵਾ ਇੱਕ ਆਰਟੀਕਲ 163 ਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਰਟੀਕਲ 163 ਦੀ ਗੱਲ ਕਰੀਏ ਦੇਖੋ ਮੰਤਰੀ ਮੰਡਲ ਤੋਂ ਕੀ ਸਮਝਦੇ ਤੁਸੀਂ ਮੰਤਰੀ ਪ੍ਰੀਸ਼ਦ ਰਾਜ ਵਿਧਾਨ ਸਭਾ ਇੱਥੇ ਵਿਧਾਨ ਸਭਾ ਨਹੀਂ ਆਉਣਾ ਇੱਥੇ ਮੰਡਲ ਆਉਣਾ ਰਾਜ ਵਿਧਾਨ ਮੰਡਲ ਅਤੇ ਮੰਤਰੀ ਪ੍ਰੀਸ਼ਦ ਜਾਂ ਮੰਤਰੀ ਮੰਡਲ ਮંત્રી ਪਰਿਸ਼ਦ ਦੇ ਵਿੱਚ ਕੀ ਕੀ ਆ ਜਾਂਦਾ ਕੈਬਨਿਟ ਮੰਤਰੀ ਆ ਜਾਂਦੇ ਰਾਜ ਮੰਤਰੀ ਆ ਜਾਂਦੇ ਆ ਵਿਧਾਨ ਸਭਾ ਦੇ ਸਖਤਰ ਆ ਜਾਂਦੇ ਆ ਠੀਕ ਹੈ ਤੇ ਇਹ ਕਿਉਂ ਬਣਾਈ ਜਾਂਦੀ ਆ ਵਿਧਾਨ ਵਿਧਾਨ ਮੰਡਲ ਬਾਰੇ ਵੀ ਮੈਂ ਕਰਵਾਉਂਗੀ ਅਲੱਗ ਤੋਂ ਪਰ ਹਜੇ ਵੇ ਸਿਰਫ ਉਹਦੇ ਰੂਲ ਕਰਵਾ ਰਹੀਆਂ ਕਿ ਕਿਵੇਂ ਬਣਦੀ ਆ ਇਹ ਠੀਕ ਹੈ ਤਾਂ ਰਾਜ ਵਿਧਾਨ ਮੰਡਲ ਅਤੇ ਮੰਤਰੀ ਪਰਿਸ਼ਦ ਦੇ ਵਿੱਚ ਆਰਟੀਕਲ 163 ਆ ਜਿਹੜਾ ਸਾਨੂੰ ਇਹ ਦੱਸਦਾ ਕਿ ਮੰਤਰੀ ਮੰਡਲ ਯਾਨੀ ਕਿ ਰਾਜਪਾਲ ਨੂੰ ਸਹਾਇਤਾ ਦੇਣ ਲਈ ਇੱਕ ਮੰਤਰੀ ਪ੍ਰੀਸ਼ਦ ਹੋਵੇਗੀ ਜਿਸ ਦਾ ਪ੍ਰਧਾਨ ਮੁੱਖ ਮੰਤਰੀ ਹੋਵੇਗਾ ਮਤਲਬ ਰਾਜਪਾਲ ਹੁਣ ਦੇਖੋ ਆਪਣਾ ਰਾਜਪਾਲ ਦੀ ਜੇਕਰ ਗੱਲ ਕਰੀਏ ਹੁਣ ਰਾਜਪਾਲ ਰਾਜ ਦੇ ਕਿੰਨੇ ਅੱਗੇ ਜ਼ਿਲ੍ਹੇ ਹੁੰਦੇ ਆ ਇੰਨੇ ਜ਼ਿਲ੍ਹੇ ਇਹਨਾਂ ਦਾ ਕੰਮ ਕਰਨਾ ਕੋਈ ਸੌਖਾ ਤਾਂ ਨਹੀਂਗਾ ਸਾਰਿਆਂ ਨੂੰ ਰਾਜਪਾਲ ਨੇ ਸੰਭਾਲ ਲੈਣਾ ਤਾਂ ਉਹ ਕਿਹਦੀ ਕਿਹਦੀ ਸਲਾਹ ਲਊਗਾ ਇੱਕ ਉਹਦੀ ਸਹਾਇਤਾ ਕੌਣ ਕਰੂਗਾ ਇੱਕ ਮੰਤਰੀ ਪ੍ਰੀਸ਼ਦ ਕੀ ਇਹ ਕਰੂਗਾ ਜਿਹਦਾ ਮੁਖੀ ਹੋਊਗਾ ਮੁੱਖ ਮੰਤਰੀ ਠੀਕ ਹੈ ਇਹ ਇੱਥੇ ਲਿਖਿਆ ਹੈਗਾ ਆਰਟੀਕਲ 163 ਦੇ ਵਿੱਚ ਅਗੇ ਆਰਟੀਕਲ 164 ਦੇ ਵਿੱਚ ਲਿਖਿਆ ਗਿਆ ਕਿ ਰਾਜਪਾਲ ਮੁੱਖ ਮੰਤਰੀ ਦੀ ਨਿਯੁਕਤੀ ਕਰੇਗਾ ਅਤੇ ਫਿਰ ਮੁੱਖ ਮੰਤਰੀ ਦੀ ਸਲਾਹ ਤੇ ਹੋਰ ਮੰਤਰੀਆਂ ਦੀ ਨਿਯੁਕਤੀ ਕਰੇਗਾ ਇਸ ਬਾਰੇ ਵੀ ਮੈਂ ਤੁਹਾਨੂੰ ਰਾਜਪਾਲ ਦੀਆਂ ਸ਼ਕਤੀਆਂ ਚ ਦੱਸਿਆ ਵਾ ਕਿ ਜਿਹੜਾ ਮੰਤਰੀ ਪਰਿਸ਼ਦ ਦਾ ਉਹਦੀ ਨਿਯੁਕਤੀ ਬਾਰੇ ਗੱਲ ਹੋਈ ਹੈ ਇੱਥੇ 164 ਦੇ ਵਿੱਚ ਮੰਤਰੀ ਪਰਿਸ਼ਦ ਦੀ ਨਿਯੁਕਤੀ ਦੀ ਜਿਹਦੇ ਵਿੱਚ ਇਹ ਲਿਖਿਆ ਕਿ ਰਾਜਪਾਲ ਮੁੱਖ ਮੰਤਰੀ ਦੀ ਨਿਯੁਕਤੀ ਕਰੇਗਾ ਅਤੇ ਫਿਰ ਮੁੱਖ ਮੰਤਰੀ ਦੀ ਸਲਾਹ ਤੇ ਹੋਰ ਮੰਤਰੀਆਂ ਦੀ ਨਿਯੁਕਤੀ ਕਰੇਗਾ ਇਹ ਆਰਟੀਕਲ ਆ ਮੰਤਰੀ ਪਰਿਸ਼ਦ ਦੀ ਨਿਯੁਕਤੀ ਨਾਲ ਸੰਬੰਧਿਤ ਅੱਗੇ ਆ ਜੀ ਆਰਟੀਕਲ 165 ਜਿਹਦੇ ਵਿੱਚ ਦੱਸਿਆ ਹੋਇਆ ਰਾਜ ਦਾ ਐਡਵੋਕੇਟ ਜਨਰਲ ਇਹ ਇੰਪੋਰਟੈਂਟ ਆ ਰਾਜ ਦਾ ਐਡਵੋਕੇਟਰ ਜਨਰਲ ਇਹ ਸਿਰਫ 165 ਲਿਖ ਕੇ ਇਹਨਾਂ ਨੇ ਗੱਲ ਮੰਕਾਤੀ ਪਰ ਇਹਦੇ ਵਿੱਚ ਬਹੁਤ ਕੁਝ ਵਿਸਥਾਰ ਨਾਲ ਲਿਖਿਆ ਹੋਇਆ ਇਹਨੂੰ ਸਮਝਣਾ ਧਿਆਨ ਨਾਲ ਤਾਂ ਜਿਹੜਾ ਰਾਜ ਦਾ ਐਡਵੋਕੇਟ ਜਨਰਲ ਆ ਦੇਖੋ ਇੱਥੇ 165 ਤੱਕ ਤਾਂ ਆਪਾਂ ਕਰ ਲਈ 165 ਵਿੱਚ ਫੇਰ ਕਰਾਂਗੀ ਪਹਿਲਾਂ 164 ਵੀ ਆ 164 ਏ ਇਹਦੇ ਬਾਰੇ ਦੱਸਣਾ ਰਿਹਾ ਗਿਆ ਜਦੋਂ ਵੀ ਕਿਸੇ ਨਾਲ ਏ ਬੀ ਸੀ ਲੱਗਦਾ ਤਾਂ ਇਹਦਾ ਮਤਲਬ ਕੀ ਹੈ ਉਹ ਬਾਅਦ ਵਿੱਚ ਐਡ ਕੀਤੇ ਹੋਇਆ ਹੁਣ ਇਹਨੂੰ ਬਾਅਦ ਵਿੱਚ ਐਡ ਕੀਤਾ ਗਿਆ 91 ਨੰਬਰ ਦਾ ਸੰਸ਼ੋਧਨ ਹੋਇਆ ਸੀ 2003 ਦੇ ਵਿੱਚ ਉਹਦੇ ਵਿੱਚ ਇਹਨੂੰ ਐਡ ਕੀਤਾ ਗਿਆ ਸੀਗਾ ਜਿਸ ਤੇ ਜਿਹ 164A ਕੀ ਦੀ ਜਾਣਕਾਰੀ ਦਿੰਦਾ ਮੰਤਰੀਆਂ ਦੀ ਸੰਖਿਆ ਦੀ ਠੀਕ ਹੈ ਤਾਂ ਕੌਲ ਮੈਂਬਰਾਂ ਦੇ 15% ਤੋਂ ਵੱਧ ਮੈਂਬਰ ਆ ਜਿਹੜੇ ਉਹ ਵਿਧਾਨ ਮੰਡਲ ਦੇ ਵਿੱਚ ਜਿਹੜੀ ਨਹੀਂ ਹੋਣੇ ਚਾਹੀਦੇ ਮਤਲਬ ਵਿਧਾਨ ਮੰਡਲ ਦੇ ਵਿੱਚ ਕਿੰਨੇ ਮੈਂਬਰ ਹੋਣੇ ਚਾਹੀਦੇ ਆ ਕੌਲ ਮੈਂਬਰਾਂ ਦਾ 15% ਸ਼ਾਮਿਲ ਹੋਣੇ ਜ਼ਰੂਰੀ ਆ ਜਾਨੀ ਕਿ ਘੱਟੋ ਘੱਟ 12 ਮੰਤਰੀ ਮੰਤਰੀ ਪ੍ਰੀਸ਼ਦ ਵਿੱਚ ਹੋਣੇ ਸ਼ਾਮਿਲ ਆ ਠੀਕ ਹੈ ਹੋਣੇ ਜ਼ਰੂਰੀ ਆ ਇਹ ਤਾਂ ਤੁਹਾਨੂੰ ਦੱਸਿਆ ਗਿਆ ਵਾ ਹੋਣੇ ਜ਼ਰੂਰੀ ਆ ਅੱਗੇ ਆਰਟੀਕਲ 166 ਬੀ ਵੀ ਦਿੱਤਾ ਆਰਟੀਕਲ 166 ਬੀ ਦੇ ਵਿੱਚ ਉਹਨਾਂ ਨੇ ਬੋਲਿਆ ਕਿ ਮੰਤਰੀ ਪਰਿਸ਼ਦ ਸਮੂਹਿਕ ਰੂਪ ਤੋਂ ਵਿਧਾਨ ਸਭਾ ਦੇ ਪ੍ਰਤੀ ਉਤਰਾਦਾਈ ਰਹਿੰਦਾ ਵਾ ਤੇ ਅੱਗੇ ਆਰਟੀਕਲ 166 ਸੀ ਵੀ ਲਿਖਿਆ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਮੰਤਰੀ ਪਰਿਸ਼ਦ ਦੀ ਸੌਂ ਬਾਰੇ ਮੰਤਰੀ ਪਰਿਸ਼ਦ ਨੂੰ ਸੌਂ ਕੌਣ ਚੁਕਾਉਂਦਾ ਰਾਜਪਾਲ ਸੌਂ ਚੁਕਾਉਂਦਾ ਵਾ ਪਰ ਜੇਕਰ ਰਾਜਪਾਲ ਜਿਹੜਾ ਸੌਂ ਚੁਕਾਉਂਦਾ ਰਾਜਪਾਲ ਸੌਂ ਤਾਂ ਚੁਕਾਉਂਦਾ ਜਾਂ ਤਾਂ ਰਾਜਪਾਲ ਆਪ ਸੌਂਚ ਕਾ ਸਕਦਾ ਇਹਦੇ ਵਿੱਚ ਹੀ ਲਿਖਿਆ ਹੋਇਆ ਜਾਂ ਰਾਜਪਾਲ ਕੀ ਆ ਉਹਨਾਂ ਦੇ ਵਿੱਚੋਂ ਕਿਸੇ ਵੀ ਇੱਕ ਵਿਅਕਤੀ ਨੂੰ ਚੁਣ ਸਕਦਾ ਕਿ ਤੂੰ ਸੌਂਚ ਕਾ ਦੇ ਕਿਉਂਕਿ ਜਦੋਂ ਉਹ ਉਹਨਾਂ ਨੂੰ ਸੌਂਚ ਕਾਊਗਾ ਉਹ ਨਾਲ ਹੀ ਆਪ ਸੌਂਚ ਆਕ ਲਿੰਦਾ ਵਾ ਠੀਕ ਹੈ ਕਿਸੇ ਵੀ ਵਿਅਕਤੀ ਨੂੰ ਚੁਣ ਸਕਦਾ ਰਾਜਪਾਲ ਤੇ ਮੰਤਰੀਆਂ ਦਾ ਕਾਰਜਕਾਲ ਕਿੰਨਾ ਹੁੰਦਾ 5 ਸਾਲ ਦਾ ਹੁੰਦਾ ਵਿਧਾਨ ਸਭਾ ਦੇ ਮੈਂਬਰਾਂ ਦਾ ਕਾਰਜਕਾਲ 5 ਸਾਲ ਦਾ ਹੁੰਦਾ ਤੇ ਰਾਜਪਾਲ ਦੀ ਇੱਛਾ ਤੇ ਨਿਰਭਰ ਕਰਦਾ ਹੈ ਵੀ ਠੀਕ ਹੈ ਵਿਧਾਨ ਸਭਾ ਦੇ ਮੈਂਬਰਾਂ ਦਾ ਕਾਰਜਕਾਲ 5 ਸਾਲ ਦਾ ਹੁੰਦਾ ਪਰ ਰਾਜਪਾਲ ਦੀ ਇੱਛਾ ਤੇ ਨਿਰਭਰ ਕਰਦਾ ਰਾਜਪਾਲ ਪਹਿਲਾਂ ਵੀ ਹਟਾ ਸਕਦਾ ਇਹਨਾਂ ਨੂੰ ਮੰਤਰੀਆਂ ਨੂੰ ਆਉਂਦੇ ਤੋਂ ਮੁੱਖ ਮੰਤਰੀ ਹਟਾ ਸਕਦਾ ਵਾ ਮੁੱਖ ਮੰਤਰੀ ਵੀ ਹਟਾ ਸਕਦਾ ਵਾ ਠੀਕ ਹੈ ਤੇ ਪਰ ਰਾਜਪਾਲ ਰਾਜਪਾਲ ਦੀ ਇੱਛਾ ਤੇ ਨਿਰਭਰ ਕਰਦਾ ਰਾਜਪਾਲ ਆ ਜਿਹੜਾ ਇਹ ਮੁੱਖ ਮੰਤਰੀ ਦੀ ਸਲਾਹ ਨਾਲ ਹਟਾ ਸਕਦਾ ਅੱਗੇ ਆਰਟੀਕਲ 166 ਡੀ ਵੀ ਦਿੱਤਾ ਹੋਇਆ ਜਿਦੇ ਵਿੱਚ ਲਿਖਿਆ ਕਿ ਮੰਤਰੀ ਮੰਡਲ ਦੀ ਯੋਗਤਾ ਪਹਿਲਾਂ ਤਾਂ ਉਹ ਕਹਿੰਦੇ ਕਿ ਉਹ ਵਿਧਾਨ ਸਭਾ ਦਾ ਮੈਂਬਰ ਹੀ ਹੋਣਾ ਜ਼ਰੂਰੀ ਹੈ ਵਿਧਾਨ ਮੰਡਲ ਦਾ ਮੈਂਬਰ ਹੋਵੇ ਠੀਕ ਹੈ ਤੇ ਉਮਰ ਉਹਦੀ 25 ਸਾਲ ਹੋਵੇ ਤੇ ਅੱਗੇ ਆਰਟੀਕਲ 166 ਈ ਦੇ ਵਿੱਚ ਸਾਨੂੰ ਵੇਤਨ ਅਤੇ ਪੱਤੇ ਦੀ ਜਾਣਕਾਰੀ ਮਿਲਦੀ ਹੈ ਜਿਹੜਾ ਇੰਨਾ ਇੰਪੋਰਟੈਂਟ ਨਹੀਂਗਾ ਅੱਗੇ ਰਾਜ ਦਾ ਐਡਵੋਕੇਟ ਜਨਰਲ ਰਾਜ ਦਾ ਐਡਵੋਕੇਟ ਜਨਰਲ ਜਿਹਦੇ ਬਾਰੇ ਅਸੀਂ ਪੜ੍ਹਾਂਗੇ ਇਹ ਆਰਟੀਕਲ 161 ਦੇ ਵਿੱਚ ਲਿਖਿਆ ਵਾ ਰਾਜ ਦੇ ਐਡਵੋਕੇਟ ਜਨਰਲ ਬਾਰੇ ਲਿਖਿਆ ਕਿ ਇਸ ਦੀ ਨਿਯੁਕਤੀ ਰਾਜਪਾਲ ਕਰਦਾ ਵਾ ਕਿਹਦੀ ਸਲਾਹ ਤੇ ਕਰਦਾ ਮੁੱਖ ਮੰਤਰੀ ਦੀ ਸਲਾਹ ਤੇ ਕਰਦਾ ਤੇ ਇਹਦੀ ਯੋਗਤਾ ਦੱਸੀ ਗਈ ਹੈ ਕਿ ਇਹ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਤੇ 10 ਸਾਲ ਤੱਕ ਕਿਸੇ ਵੀ ਅਦਾਲਤ ਵਿੱਚ ਜੱਜ ਰਹਿ ਚੁੱਕਿਆ ਹੋਵੇ ਤੇ ਇਹਦਾ ਕਾਰਜਕਾਲ ਦੱਸਿਆ ਗਿਆ ਹੈ ਕਿ ਗਿਆ ਵਾ ਕਾਰਜਕਾਲ ਨਿਸ਼ਚਿਤ ਨਹੀਂ ਤੁਹਾਨੂੰ ਪੁੱਛ ਸਕਦੇ ਆ ਕਿ ਰਾਜ ਦੇ ਰਾਜਪਾਲ ਦਾ ਰਾਜਪਾਲ ਰਾਜ ਦੇ ਐਡਵੋਕੇਟ ਜਨਰਲ ਦਾ ਕਾਰਜਕਾਲ ਕਿੰਨਾ ਹੁੰਦਾ ਨਿਸ਼ਚਿਤ ਨਹੀਂ ਹੁੰਦਾ ਮੁੱਖ ਮੰਤਰੀ ਜਦ ਚਾਹੇ ਇਸ ਨੂੰ ਹਟਾ ਸਕਦਾ ਤੇ ਇਸ ਦਾ ਕਾਰਜਕਾਲ ਰਾਜਪਾਲ ਦੀ ਇੱਛਾ ਦੇ ਅਨੁਸਾਰ ਹੀ ਹੁੰਦਾ ਵਾ ਤੇ ਰਾਜਪਾਲ ਦੀ ਸਲਾਹ ਤੇ ਮੁੱਖ ਮੰਤਰੀ ਆ ਜਿਹੜਾ ਇਹਨੂੰ ਹਟਾ ਸਕਦਾ ਵਾ ਤੇ ਅੱਗੇ ਜੀ ਇਹਦੀਆਂ ਐਡਵੋਕੇਟ ਜਨਰਲ ਦੀਆਂ ਸ਼ਕਤੀਆਂ ਲਿਖੀਆਂ ਹੋਈਆਂ ਮਤਲਬ ਇਹ ਸਰਕਾਰ ਦਾ ਵਕੀਲ ਹੁੰਦਾ ਰਾਜ ਦੇ ਕਿਸੇ ਵੀ ਅਦਾਲਤ ਵਿੱਚ ਜਾ ਕੇ ਸੁਣਵਾਈ ਕਰ ਸਕਦਾ ਕਿਸੇ ਵੀ ਕੇਸ ਦੇ ਵਿੱਚ ਜਾ ਕੇ ਹਿੱਸਾ ਲੈ ਸਕਦਾ ਠੀਕ ਹੈ ਅੱਗੇ ਆ ਜੀ ਆਰਟੀਕਲ 166 ਇੱਥੇ ਆਰਟੀਕਲ 138 ਸ਼ੁਰੂ ਹੋ ਗਿਆ ਹਾਂਜੀ ਅੱਗੇ ਆਰਟੀਕਲ 166 ਆਰਟੀਕਲ 166 ਦੇ ਵਿੱਚ ਕੀ ਆ ਰਾਜ ਦੇ ਕੰਮਾਂ ਦਾ ਸੰਚਾਲਨ ਮਤਲਬ ਰਾਜ ਵਿੱਚ ਸਾਰੇ ਕੰਮ ਰਾਜਪਾਲ ਦੇ ਨਾਮ ਤੇ ਹੀ ਕੀਤੇ ਜਾਂਦੇ ਆ ਆਰਟੀਕਲ 166 ਦੇ ਵਿੱਚ ਦੱਸਿਆ ਗਿਆ ਰਾਜਪਾਲ ਨੂੰ ਜਾਣਕਾਰੀ ਦੇਣਾ ਮੁੱਖ ਮੰਤਰੀ ਦਾ ਕਰਤੱਵ ਹੈ ਠੀਕ ਹੈ ਰਾਜ ਕੋਈ ਵੀ ਕੰਮ ਹੋ ਰਿਹਾ ਵਾ ਰਾਜ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੰਮ ਹੋ ਰਿਹਾ ਕੋਈ ਮੰਤਰੀ ਮੰਡਲ ਕੀ ਕਰ ਰਿਹਾ ਵਾ ਹਰ ਇੱਕ ਚੀਜ਼ ਦੀ ਨਿਯੁਕਤੀ ਹਰ ਇੱਕ ਚੀਜ਼ ਦੀ ਇਨਫੋਰਮੇਸ਼ਨ ਆਮਕ ਦੇਣਾ ਰਾਜਪਾਲ ਨੂੰ ਮੁੱਖ ਮੰਤਰੀ ਦਾ ਕੰਮ ਹੋਵੇਗਾ ਇਹ ਆਰਟੀਕਲ 167 ਦੇ ਵਿੱਚ ਲਿਖਿਆ ਇਹ ਦੋਨੋਂ ਆਰਟੀਕਲ ਇੰਨੇ ਇੰਪੋਰਟੈਂਟ ਨਹੀਂ ਹੈਗੇ ਬਸ ਇੱਕ ਵਾਰੀ ਨੋਟ ਕਰ ਲੈਣਾ ਸੁਣ ਲੈਣਾ ਨੈਕਸਟ ਹੈ ਜੀ ਆਰਟੀਕਲ 163 ਜਿਹਦੇ ਵਿੱਚ ਰਾਜ ਵਿਧਾਨ ਮੰਡਲ ਦੀ ਗੱਲ ਹੋਈ ਹੈ ਵਿਧਾਨ ਸਭਾ ਨਹੀਂ ਰਾਜ ਵਿਧਾਨ ਮੰਡਲ ਦੀ ਗੱਲ ਹੋਈ ਹੈ ਤੇ ਇਹ ਆਰਟੀਕਲ 168 ਤੋਂ ਲੈ ਕੇ 212 ਦਿੱਤੇ ਹੋਏ ਆ ਜਿਹਦੇ ਬਾਰੇ ਅਸੀਂ ਕੱਲ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਉਹਦੇ ਵਿੱਚ ਮੈਂ ਸਿਰਫ ਤੇ ਸਿਰਫ ਤੁਹਾਨੂੰ ਵਿਧਾਨ ਮੰਡਲ ਦੇ ਬਾਰੇ ਕਰਵਾਵਾਂਗੀ ਕਿ ਵਿਧਾਨ ਦੇ ਵਿਧਾਨ ਮੰਡਲ ਦੇ ਦੋ ਸਦਨ ਹੁੰਦੇ ਆ ਕਿਹੜਾ ਉੱਚਾ ਸਦਨ ਹੁੰਦਾ ਕਿਹੜਾ ਨੀਮਾ ਸਦਨ ਹੁੰਦਾ ਕਿਹੜਾ ਸਥਾਈ ਹੁੰਦਾ ਕਿਹੜਾ ਆਸਥਾਈ ਹੁੰਦਾ ਮੈਂਬਰਾਂ ਦਾ ਕਾਰਜਕਾਲ ਕੀ ਹੁੰਦਾ ਇਹ ਸਾਰਾ ਅਸੀਂ ਕੱਲ ਪੜਾਂਗੇ ਇਹ ਬਹੁਤ ਇੰਪੋਰਟੈਂਟ ਫੈਕਟ ਆ ਬਹੁਤ ਇੰਪੋਰਟੈਂਟ ਟਾਪਿਕ ਆ ਜਿਹੜਾ ਅਲੱਗ ਤੋਂ ਮੈਂਸ਼ਨ ਹੁੰਦਾ ਭਾਵੇਂ ਸੰਵਿਧਾਨ ਤਾਂ ਹਰੇਕ ਸਿਲੇਬਸ ਵਿੱਚ ਲਿਖਿਆ ਹੁੰਦਾ ਪਰ ਵਿਧਾਨ ਮੰਡਲ ਅਲੱਗ ਤੋਂ ਮੈਂਸ਼ਨ ਕੀਤਾ ਹੁੰਦਾ ਇਹ ਬਹੁਤ ਇੰਪੋਰਟੈਂਟ ਟਾਪਿਕ ਹੈ ਇਸ ਕਰਕੇ ਨੂੰ ਮੈਂ ਕੱਲ ਡਿਸਕਸ ਕਰਾਂਗੇ ਆਪਾਂ ਤਾਂ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ